ਨਾਮ ਵਾਹੇ ਗੁਰੂ। ਜਬ ਲੋ ਨਹੀਂ ਭਾਗ ਲੀਲਾ ਰੋਦੈ, ਤਬ ਲੋ ਭ੍ਰਮ ਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮਹਿਬੂਡ ਤਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਸ਼ਹਿ ਮਥੁਰਾ, ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹਿ ਆ। ਮਹੱਲਾ ਪਹਿਲਾ, ਸਹਿਜ ਮਿਲੈ ਮਿਲਿਆ ਪਰਵਾਣ, ਨਾ ਤੇ ਸਮਰਨ ਨਾ ਆਵਣ ਜਾਣ। ਠਾਕੁਰ ਮਹਿ ਦਾਸ, ਦਾਸ ਮਹਿ ਸੋਏ, ਜਹ ਦੇਖਾ ਤਹ ਅਵਰ ਨ ਕੋਏ। ਸਹਿਜ ਮਿਲੈ ਮਿਲਿਆ ਪਰਵਾਣ। ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਸ਼੍ਰੀ ਦਰਬਾਰ ਸਾਹਿਬ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਹਾਜ਼ਰੀਆਂ ਭਰਨ ਦਾ ਅਤੇ ਸਤਸੰਗਤ ਕਰਨ ਦਾ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸਤਸੰਗਤ ਦਾ ਆਨੰਦ ਮਾਣ ਰਹੇ ਹੋ। ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੁਗੋ ਜੁਗਾ ਟਲ ਸਤਿਗੁਰੂ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ
ਸੱਚੇ ਪਾਤਸ਼ਾਹ ਜੀ ਦੁਆਰਾ ਜੋ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ, ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਥਮੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਇਆ, ਐਸੇ ਸਤਿਗੁਰੂ ਜੀ ਨੇ ਨੌ ਖੰਡਾਂ ਸੱਤਾਂ ਦੀਪਾਂ ਬਲਕਿ ਧਰਤੀ ਦੇ ਕੋਨੇ ਕੋਨੇ ਤੇ ਜਾ ਕਰਕੇ ਤਪਦੀ ਲੁਕਾਈ ਨੂੰ ਠਾਰਨ ਵਾਸਤੇ ਜਗਤ ਡਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤਿਤ ਲਹੋ ਬਾਰ। ਇਸ ਲੁਕਾਈ ਨੂੰ ਅੰਮ੍ਰਿਤ ਬਾਣੀ ਦੇ ਪਾਵਨ ਪਵਿੱਤਰ ਉਪਦੇਸ਼ਾਂ ਦੀ ਬਖਸ਼ਿਸ਼ ਕਰਕੇ ਅੰਮ੍ਰਿਤ ਬਾਣੀ ਦੇ ਛੱਟੇ ਮਾਰ ਕੇ ਤਪਦੀ ਲੁਕਾਈ ਨੂੰ ਠਾਰਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਅਚਲ ਬਟਾਲੇ ਜਿੱਥੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਅਚਲ ਸਾਹਿਬ ਹੈ, ਸ਼ਿਵਰਾਤਰੀ ਦੇ ਮੇਲੇ ਦੇ ਉੱਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨ ਪਾਏ, ਬੇਅੰਤ ਲੁਕਾਈ ਉੱਤੇ ਮਹਾਨ ਬਖਸ਼ਿਸ਼ਾਂ ਕੀਤੀਆਂ। ਉੱਥੇ ਸਿੱਧਾਂ ਨੇ ਵੀ ਸਤਿਗੁਰੂ ਮਹਾਰਾਜ ਜੀ ਦੇ ਪਾਸ ਆ ਕਰਕੇ ਕਈ ਤਰ੍ਹਾਂ ਦੇ ਸਵਾਲ ਜਵਾਬ ਕੀਤੇ ਔਰ ਆਪਣੀਆਂ ਸ਼ਕਤੀਆਂ ਦਾ ਪ੍ਰਗਟਾਵਾ ਵੀ ਕੀਤਾ। ਜੋ ਹਉਮੈ ਧਾਰ ਕੇ ਉਹਨਾਂ ਨੇ ਆਪਣੀਆਂ ਸ਼ਕਤੀਆਂ ਕਰਾਮਾਤਾਂ ਵਿਖਾਈਆਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਹਉਮੈ ਨੂੰ ਦੂਰ ਕਰਨ ਵਾਸਤੇ ਅਨੇਕਾਂ ਕੌਤਕ ਕਰਨਾ ਕੀਤੇ। ਜੋ ਉਹਨਾਂ ਨੇ ਸਵਾਲ ਕੀਤੇ ਉਹਨਾਂ ਨੂੰ ਗੁਰਬਾਣੀ ਦੁਆਰਾ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਪਵਿੱਤਰ ਉਹਨਾਂ ਦੇ ਸਵਾਲਾਂ ਦੇ ਉੱਤਰ ਵੀ ਦਿੱਤੇ ਹਨ। ਸਿੱਧ ਗੋਸ਼ਟ ਬਾਣੀ ਉਚਾਰੀ ਔਰ ਗੁਰਬਾਣੀ ਦੇ ਵੱਖ ਵੱਖ ਸ਼ਬਦਾਂ ਦੇ ਵਿੱਚ ਵੀ ਉਹਨਾਂ ਨਾਲ ਜੋ ਉਹਨਾਂ ਨੇ ਸਵਾਲ ਕੀਤੇ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਅੱਜ ਦੇ ਸ੍ਰੀ ਮੁਖਵਾਕ ਅੰਦਰ ਸਿੱਧਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਪਰਮੇਸ਼ਰ ਵਾਹਿਗੁਰੂ ਦੇ ਨਾਲ ਕੌਣ ਮਿਲਿਆ ਹੋਇਆ ਹੈ, ਤਾਂ ਉਸ ਪ੍ਰਥਾਈ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤੇ ਹਨ। ਆਪ ਸੰਗਤਾਂ ਸਰਵਣ ਕਰੋ, ਮਨ ਦੀ ਬਿਰਤੀ ਨੂੰ ਇਕਾਗਰ ਕਰਕੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਧਨਾਸਰੀ ਰਾਗਣੀ ਦੇ ਅੰਦਰ 686 ਅੰਗ ਤੇ ਸਤਿਗੁਰੂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮ ਪਵਿੱਤਰ ਉਪਦੇਸ਼ ਦੀ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਸਹਿਜ ਮਿਲਿਆ ਪਰਵਾਨ। ਸਤਿਗੁਰੂ ਮਹਾਰਾਜ ਕਹਿ ਰਿਹਾ ਸਿੱਧੋ, ਸਹਿਜ ਨਾਮ ਸ਼ਾਂਤੀ ਦਾ ਹੈ। ਸ਼ਾਂਤੀ ਸੁਭਾਅ ਨੂੰ ਧਾਰਨ ਕਰਕੇ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਚੁੱਕਾ ਹੈ, ਉਹ ਮਿਲਿਆ ਹੋਇਆ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਕੀ ਸਫਲਾ ਹੈ, ਸੋਭਨੀਕ ਹੈ। ਇਸੇ ਤਰ੍ਹਾਂ ਸਾਧ ਸੰਗ ਜੀ, ਸਹਿਜ ਦਾ ਅਰਥ ਹੈ ਨਿਰਜਤਨ, ਵਾਸ਼ਨਾਮਤ ਰਹਿਤ ਹੋ ਕਰਕੇ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਚੁੱਕਾ, ਉਹ ਵਾਹਿਗੁਰੂ ਨੂੰ ਮਿਲਿਆ ਹੋਇਆ ਪ੍ਰਵਾਨਨੀਕ ਹੈ। ਇਹ ਸਹਿਜ ਦੀ ਅਵਸਥਾ
ਟਕਾ ਦੀ ਅਵਸਥਾ, ਆਨੰਦ ਦੀ ਅਵਸਥਾ, ਅਡੋਲਤਾ ਦੀ ਅਵਸਥਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਪੰਜਾ ਸਾਹਿਬ ਜਿੱਥੇ ਅਸਥਾਨ ਹੈ। ਬਲੀ ਕੰਧਾਰੀ ਨੇ ਪਹਾੜ ਰੇੜਿਆ, ਕਿਤਨਾ ਭਾਰਾ ਪੱਥਰ ਸਤਿਗੁਰੂ ਜੀ ਦੇ ਉੱਤੇ ਰੇੜਿਆ ਤਾਂ ਸਤਿਗੁਰੂ ਜੀ ਨੇ ਆਪਣਾ ਪੰਜਾ ਅੱਗੇ ਕਰਕੇ ਰੋਕ ਦਿੱਤਾ। ਸਹਿਜ ਵਿੱਚ ਕੋਈ ਫਰਕ ਨਹੀਂ ਆਇਆ। ਧੰਨ ਗੁਰੂ ਅੰਗਦ ਦੇਵ ਜੀ ਦੇ ਉੱਤੇ ਦਿੱਲੀ ਦੇ ਬਾਦਸ਼ਾਹ ਨੇ ਸ਼ੇਰ ਖਾਂ ਸੂਰੀ ਤੋਂ ਹਾਰ ਕੇ ਹਮਾਯੂ ਨੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਸ੍ਰੀ ਖਡੂਰ ਸਾਹਿਬ ਵਿਖੇ ਮਿਆਨ ਵਿੱਚੋਂ ਤਲਵਾਰ ਕੱਢ ਲਈ, ਪਰ ਸਹਿਜ ਵਿੱਚ ਕੋਈ ਫਰਕ ਨਹੀਂ ਆਇਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਿੰਘਾਸਨ ਉੱਤੇ ਗੋਇੰਦਵਾਲ ਸਾਹਿਬ ਵਿਖੇ ਸਜੇ ਹੋਏ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦਾ ਦਾਤੂ ਜੀ ਨੇ ਆ ਕੇ ਸਤਿਗੁਰਾਂ ਦੇ ਲੱਕ ਵਿੱਚ ਜ਼ੋਰ ਦੀ ਲੱਤ ਮਾਰੀ, ਪਰ ਸਹਿਜ ਵਿੱਚ ਫਰਕ ਨਹੀਂ ਆਇਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਲੋਹ ਤੇ ਬਿਠਾ ਕੇ ਤੱਤਾ ਰੇਤ ਸੀਸ ਵਿੱਚ ਪਾਇਆ ਗਿਆ। ਅਸਹਿ ਤੇ ਅਕਹਿ ਕਸ਼ਟ ਦਿੱਤੇ ਗਏ ਚੰਦੂ ਵੱਲੋਂ, ਜਹਾਂਗੀਰ ਜ਼ਾਲਮ ਬਾਦਸ਼ਾਹ ਵੱਲੋਂ, ਪਰ ਸਤਿਗੁਰੂ ਮਹਾਰਾਜ ਜੀ ਨੇ ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਵੈਰਾਈ। ਤੇਰਾ ਭਾਣਾ ਮਿੱਠਾ ਲੱਗੈ, ਇਉਂ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਸਹਿਜ ਵਿੱਚ ਫਰਕ ਨਹੀਂ ਆਇਆ। ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸ਼ਾਹਜਹਾਨ ਬਾਦਸ਼ਾਹ ਨੇ ਚਾਰ ਵੇਰ ਤੁਰਕਾਂ ਦੀ ਫੌਜ ਭੇਜ ਕੇ ਹਮਲੇ ਕੀਤੇ, ਜੰਗ ਯੁੱਧ ਕੀਤੇ, ਸਹਿਜ ਵਿੱਚ ਕੋਈ ਫਰਕ ਨਹੀਂ ਆਇਆ। ਧੰਨ ਗੁਰੂ ਹਰਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭੈ ਭੀਤ ਕਰਨ ਵਾਸਤੇ ਔਰੰਗਜ਼ੇਬ ਨੇ ਆਪਣੇ ਹਾਕਮ ਭੇਜੇ। ਕੀਰਤਪੁਰ ਸਾਹਿਬ ਸਤਿਗੁਰੂ ਜੀ ਸੁਭਾਏ ਮਾਨ ਹਨ, ਰੰਚਕ ਮਾਤਰ ਵੀ ਸਹਿਜ ਵਿੱਚ ਕੋਈ ਫਰਕ ਨਹੀਂ ਆਇਆ। ਥੋੜਾ ਜਿਹਾ ਕੋਈ ਸਮੇਂ ਦੀ ਹਕੂਮਤ ਦਾ ਸਿਪਾਹੀ ਘਰ ਅੱਗੇ ਆ ਜਾਏ, ਸਾਰਾ ਪਰਿਵਾਰ ਥਰ ਥਰ ਕੰਬਣ ਲੱਗ ਜਾਂਦਾ, ਭੈਭੀਤ ਹੋ ਜਾਂਦਾ। ਪਰ ਧੰਨ ਗੁਰੂ ਹਰਰਾਜ ਸਾਹਿਬ ਜੀ ਦੇ ਉਸ ਸਹਿਜ ਵਿੱਚ ਕੋਈ ਅੰਤਰ ਨਹੀਂ ਆਇਆ। ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਦਿੱਲੀ ਵਿਖੇ ਗਏ, ਔਰੰਗਜ਼ੇਬ ਨੇ ਬਾਰ ਬਾਰ ਹੱਠ ਕੀਤਾ ਕਿ ਦਰਸ਼ਨ ਕਰਨੇ ਹੈ। ਕਿਸੇ ਵੀ ਤਰ੍ਹਾਂ ਦੇ ਹਕੂਮਤ ਦੇ ਭੈ ਤੋਂ ਸਤਿਗੁਰੂ ਮਹਾਰਾਜ ਜੀ ਨੇ ਭੈ ਨਹੀਂ ਮੰਨਿਆ ਔਰ ਔਰੰਗੇ ਦੇ ਮੱਥੇ ਨਹੀਂ ਲੱਗੇ, ਔਰੰਗੇ ਨੂੰ ਦਰਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ। ਭੈ ਭੀਤ ਨਹੀਂ ਹੋਏ, ਸਹਿਜ ਵਿੱਚ ਕੋਈ ਫਰਕ ਨਹੀਂ ਆਇਆ। ਨੌਵੇਂ ਪਾਤਸ਼ਾਹ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਚਾਂਦਨੀ ਚੌਂਕ ਵਿਖੇ ਧਰਮ ਦੀ ਖਾਤਰ ਆਪਣਾ ਸੀਸ ਕੁਰਬਾਨ ਕਰ ਦਿੱਤਾ। ਜ਼ਾਲਮ ਨੇ ਤਲਵਾਰ ਚਲਾਈ, ਅਡੋਲਤਾ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਕੀਤਾ, ਸਹਿਜ ਵਿੱਚ ਕੋਈ ਅੰਤਰ ਨਹੀਂ ਆਇਆ। ਦਸਮ ਪਿਤਾ ਜੀ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਵੱਡੇ ਚਮਕੌਰ ਸਾਹਿਬ, ਛੋਟੇ ਫਤਿਹਗੜ੍ਹ ਸਾਹਿਬ, ਸਹਿਜ ਵਿੱਚ ਕੋਈ ਫਰਕ ਨਹੀਂ ਆਇਆ। ਔਰ ਕਬੀਰ ਮੇਰਾ ਮੁਜਮ ਹੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ, ਐਸਾ ਸਹਿਜ ਹੈ ਦਸ ਸਤਿਗੁਰੂ ਸਹਿਬਾਨਾਂ ਵਿੱਚ। ਇਸੇ ਤਰ੍ਹਾਂ ਗੁਰਸਿੱਖਾਂ ਦੀਆਂ ਕੁਰਬਾਨੀਆਂ ਵੇਖ ਲਓ,
ਉਹਨਾਂ ਗੁਰਸਿੱਖਾਂ ਨੇ ਵੀ ਜਬਰ ਔਰ ਜ਼ੁਲਮ ਅਕਹਿ ਤੇ ਅਸਹਿ ਕਸ਼ਟਾਂ ਨੂੰ ਭਾਈ ਦਿਆਲਾ ਜੀ ਨੇ ਦੇਗ ਵਿੱਚ ਉਬਾਲੇ ਗਏ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਜੀ ਨੂੰ ਰੂਹ ਨਾਲ ਬੰਨ ਕੇ ਜਿਉਂਦੇ ਸਾੜ ਦਿੱਤਾ ਗਿਆ, ਪਰ ਉਹਨਾਂ ਦੀ ਸ਼ਾਂਤੀ ਵਿੱਚ ਉਹਨਾਂ ਦੇ ਸਹਿਜ ਵਿੱਚ ਕੋਈ ਫਰਕ ਨਹੀਂ ਆਇਆ। ਇਹ ਆ ਅਸਲੀ ਸਹਿਜ ਦੀ ਅਵਸਥਾ। ਕਿਉਂ ਬਈ ਜਿਹੜੇ ਐਸੀ ਅਵਸਥਾ ਦੁਆਰਾ ਮਿਲੇ ਹੋਏ ਹੈ ਗੁਰੂ ਵਿੱਚ, ਵਾਹਿਗੁਰੂ ਪਰਮੇਸ਼ਰ ਵਿੱਚ, ਉਹਨਾਂ ਦਾ ਮਿਲਿਆ ਹੋਇਆ ਵਾਹਿਗੁਰੂ ਦੇ ਦਰ ਤੇ ਪ੍ਰਵਾਨਨੀਕ ਹੈ, ਸੋਭਨੀਕ ਹੈ, ਸਫਲਾ ਹੈ। ਪ੍ਰਵਾਨ ਦਾ ਅਰਥ ਹੁੰਦਾ ਸਫਲਾ। ਇਸੇ ਤਰ੍ਹਾਂ ਸਹਿਜ ਦਾ ਅਰਥ ਹੈ ਗਿਆਨ ਸਰੂਪ ਦੇ ਵਿੱਚ, ਗਿਆਨ ਸਰੂਪ ਦੇ ਵਿੱਚ, ਆਪਣੇ ਆਤਮ ਸਰੂਪ ਦੇ ਵਿੱਚ ਜਿਹੜਾ ਮਿਲ ਚੁੱਕਾ ਹੈ ਉਹ ਵਾਹਿਗੁਰੂ ਦੇ ਦਰ ਤੇ ਹਮੇਸ਼ਾ ਲਈ ਪ੍ਰਵਾਨ ਹੈ। ਪ੍ਰਵਾਨ ਗਣੀ ਸੀ ਇਹ ਆਏ ਸਫਲ ਤਿਨ੍ਹਾਂ ਕੇ ਕੰਮਾਂ, ਐਸਾ ਉਹਨਾਂ ਦਾ ਜੀਵਨ ਆਉਣਾ ਸਫਲਾ ਹੈ ਸੰਸਾਰ ਉੱਤੇ, ਜਿਹੜੇ ਆਪਣੇ ਗਿਆਨ ਸਰੂਪ ਵਾਹਿਗੁਰੂ ਦੇ ਵਿੱਚ ਮਿਲ ਕੇ ਉਹਦਾ ਰੂਪ ਬਣ ਗਏ ਹਨ। ਨਾਤ ਸਮਰਨ ਨਾ ਆਵਣ ਜਾਣ। ਔਰ ਉਹਨਾਂ ਦੀ ਅਵਸਥਾ ਕੈਸੀ ਹੈ, ਵਾਸ਼ਨਾ ਕਰਕੇ ਜਨਮ ਧਾਰ ਕੇ ਸਮਾਤ ਲੋਕ ਤੇ ਆਉਂਦੇ ਨਹੀਂ, ਔਰ ਵਾਸ਼ਨਾਵਾਂ ਦੇ ਵੱਧੇ ਹੋਏ ਮਰ ਕਰਕੇ ਇੱਥੋਂ ਜਾਂਦੇ ਨਹੀਂ। ਇਉਂ ਜੰਮਣ ਮਰਨ ਤੋਂ ਅਤੇ ਆਵਾ ਅਤੇ ਗਮਨ ਦੇ ਗੇੜੇ ਤੋਂ ਉਹ ਰਹਿਤ ਹੋ ਗਏ ਹਨ। ਠਾਕੁਰ ਮਹਿ ਦਾਸ, ਦਾਸ ਮਹਿ ਸੋਏ। ਸਿੱਧੋ, ਠਾਕੁਰ ਜੋ ਸਵਾਮੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ, ਉਹ ਵਾਹਿਗੁਰੂ ਪਰਮੇਸ਼ਰ ਦੇ ਵਿੱਚ, ਉਹ ਜੋ ਪ੍ਰਭੂ ਦੇ ਦਾਸ ਹੈ ਉਹਦੇ ਵਿੱਚ ਇੱਕਮਿਕ ਹੋ ਕੇ ਉਸ ਦਾ ਰੂਪ ਹੋ ਗਏ ਹੈ। ਠਾਕੁਰ ਵਾਹਿਗੁਰੂ ਦੇ ਵਿੱਚ ਦਾਸ ਮਿਲੇ ਹੋਏ ਹਨ ਤੇ ਦਾਸਾਂ ਵਿੱਚ ਪ੍ਰਭੂ ਦੇ ਪਿਆਰਿਆਂ ਵਿੱਚ ਵਾਹਿਗੁਰੂ ਮਿਲਿਆ ਹੋਇਆ ਹੈ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਸ ਤਰ੍ਹਾਂ ਉਹ ਆਪਣੇ ਵਾਹਿਗੁਰੂ ਦੇ ਵਿੱਚ ਇੱਕਮਿਕ ਹੋ ਕਰਕੇ ਉਸ ਵਿੱਚ ਅਭੇਦ ਹਨ। ਇਸ ਕਰਕੇ ਠਾਕੁਰ ਵਿੱਚ ਅਤੇ ਉਹਨਾਂ ਵਿੱਚ ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣਹੁ ਮਾਨਸ ਦੇਹਾ। ਐਸੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ, ਉਹਨਾਂ ਨੂੰ ਵੱਖ ਕਰਕੇ ਨਹੀਂ ਵੇਖਿਆ ਜਾਂਦਾ। ਜਿਵੇਂ ਪਾਣੀ ਦੇ ਬੁਲਬਲੇ ਪਾਣੀ ਦੇ ਵਿੱਚੋਂ ਪੈਦਾ ਹੋ ਕੇ ਪਾਣੀ ਵਿੱਚ ਹੀ ਲੀਨ ਹੋ ਜਾਂਦੇ ਹੈ, ਇਸੇ ਤਰ੍ਹਾਂ ਉਹ ਵਾਹਿਗੁਰੂ ਦੇ ਦਾਸ ਵਾਹਿਗੁਰੂ ਦੇ ਵਿੱਚ ਹੀ ਮਿਲ ਕੇ, ਮਿਲਦੇ ਕਿਵੇਂ, ਉਸ ਦੇ ਨਾਮ ਦੀ ਕਮਾਈ ਕਰਦੇ ਹੋਏ ਉਸ ਦੇ ਸਰੂਪ ਦੇ ਵਿੱਚ ਅਭੇਦ ਹੋ ਜਾਂਦੇ ਹਨ। ਇਸ ਕਰਕੇ ਠਾਕੁਰ ਵਿੱਚ ਤੇ ਦਾਸਾਂ ਵਿੱਚ ਕੋਈ ਫਰਕ ਨਹੀਂ ਹੈ, ਭਿੰਨ ਭੇਦ ਨਹੀਂ ਹੈ। ਜਹਾਂ ਦੇਖਾ ਤਹ ਅਵਰ ਨ ਕੋਏ। ਦਾਸਾਂ ਦੀ ਪ੍ਰਭੂ ਦੇ ਪਿਆਰਿਆਂ ਦੀ ਅਵਸਥਾ ਕੈਸੀ ਹੈ, ਜਹ ਦੇਖਾ, ਜਿੱਥੇ ਵੀ ਜਿੱਥੇ ਤੱਕ ਵੀ ਉਹ ਦੇਖਦੇ ਆ ਇਹਨਾਂ ਨੇਤਰਾਂ ਦੁਆਰਾ ਵੀ, ਸੁਰਤੀ ਸਿਮਰਤੀ ਰੂਪ ਨੇਤਰਾਂ ਦੁਆਰਾ ਵੀ ਜਿੱਥੇ ਤੱਕ ਉਹ ਵੇਖਦੇ ਆ ਉੱਥੇ ਅਵਰ ਹੋਰ ਕੋਈ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ। ਘੱਟ ਘੱਟ ਮੈਂ ਹਰ ਜੋ ਬਸੈ ਸੰਤਨ ਕਹੋ ਪੁਕਾਰ। ਜਰੇ ਜਰੇ ਵਿੱਚੋਂ
ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੀ ਨਜ਼ਰ ਆਉਂਦਾ ਹੈ। ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਦੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਭਗਤਾਂ ਦੀ ਕੈਸੀ ਅਵਸਥਾ ਹੈ, ਨਾਮਦੇਵ ਜੀ ਨੂੰ ਕੁੱਕਰ ਸਾਹਮਣੇ ਦਿਖਾਈ ਦਿੰਦਾ, ਉਸ ਨੂੰ ਵੀ ਪਰਮੇਸ਼ਰ ਦਾ ਰੂਪ ਕਰਕੇ ਵੇਖਦੇ ਹੈ। ਇਸੇ ਤਰ੍ਹਾਂ ਸਤ ਸੰਗਤ ਜੀ, ਐਸੀ ਉਹਨਾਂ ਦੀ ਦਿਵ ਦ੍ਰਿਸ਼ਟੀ ਹੈ। ਧੰਨ ਭਾਈ ਕਨਈਆ ਜੀ, ਦੁਸ਼ਮਣਾਂ ਵਿੱਚੋਂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਨ। ਧੰਨ ਭਾਈ ਨੰਦ ਲਾਲ ਸਿੰਘ ਜੀ, ਨੂਰ ਹਰਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਹਰਦਰ ਜਿਸਮ ਗੁਰੂ ਗੋਬਿੰਦ ਸਿੰਘ, ਸਾਰਿਆਂ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਨੂੰ ਦੀਦਾਰ ਹੋ ਰਹੇ ਹਨ। ਐਸੀ ਅਵਸਥਾ ਜਿਹੜੇ ਠਾਕੁਰ ਵਿੱਚ ਮਿਲੇ ਹੋਏ ਆ, ਵਾਹਿਗੁਰੂ ਵਿੱਚ ਮਿਲੇ ਹੋਏ ਆ, ਉਹਨਾਂ ਦੀ ਅਵਸਥਾ ਹੈ। ਅਵਰ ਉਹਨਾਂ ਨੂੰ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਦਿੰਦਾ। ਹਰ ਜੜੇ ਜੜੇ ਵਿੱਚੋਂ ਜੋਤੀ ਸਰੂਪ ਵਾਹਿਗੁਰੂ ਦੇ ਦਰਸ਼ਨ ਕਰਦੇ ਹਨ, ਉਸੇ ਨੂੰ ਵੇਖਦੇ ਹਨ। ਗੁਰਮੁਖ ਭਗਤ ਸਹਿਜ ਘਰ ਪਾਈਆ, ਗੁਰਮੁਖਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਤੇ ਸਹਿਜ ਅਵਸਥਾ ਗਿਆਨ ਸਰੂਪ ਦੀ ਪ੍ਰਾਪਤੀ ਰੂਪ ਘਰ ਨੂੰ ਕਿਵੇਂ ਪਾਇਆ? ਭਗਤੀ ਦੁਆਰਾ। ਗੁਰਮੁਖਾਂ ਦੀ ਭਗਤੀ ਕੀ ਹੈ? ਗੁਰਮੁਖਾਂ ਦੀ ਭਗਤੀ ਹੈ ਸਹਿਜ ਸਰੂਪ ਜੋ ਵਾਹਿਗੁਰੂ ਪਰਮੇਸ਼ਰ ਹੈ ਉਸ ਦੇ ਤੁਰਿਆ ਪਦ ਰੂਪ ਘਰ ਦੀ ਪ੍ਰਾਪਤੀ ਕਰਨੀ, ਉਹਨਾਂ ਦੀ ਇਹੀ ਮੰਜ਼ਿਲ ਹੈ। ਇਸ ਸੰਸਾਰ ਦੇ ਅੰਦਰ ਸਾਧ ਸੰਗਤ ਜੀ, ਇੱਕ ਸਦੁਹ ਚਹੁਕਿਆ ਗਣੀ ਸਭ ਇਕਤ ਸਾਧ ਮੁੱਠੀ, ਇੱਕ ਅਦ ਨਾਏ ਰਸੀਅੜਾ ਕਾ ਵਿਰਲੀ ਜਾਏ ਬੁੱਠੀ। ਇੱਕ ਦੋ ਦੀ ਕੀ ਗਣਤੀ ਕਰਨੀ ਹੈ? ਮਹਾਰਾਜ ਕਹਿੰਦੇ ਦੁਨੀਆਂ ਦੇ ਪਦਾਰਥਾਂ ਦੇ ਵਿੱਚ ਜੀਵ ਇਤਨੇ ਫਸੇ ਹੋਏ ਹੈ ਕਿ ਦੁਨੀਆਂ ਦੇ ਸਵਾਦਾਂ ਨੇ ਸਾਰੀ ਸ੍ਰਿਸ਼ਟੀ ਲੁੱਟੀ ਪਈ ਹੈ। ਇੱਕ ਸੰਪੂਰਨ ਹੈ ਵਾਹਿਗੁਰੂ ਦਾ ਪਿਆਰਾ ਬ੍ਰਹਮ ਗਿਆਨੀ, ਬ੍ਰਹਮ ਬੇਤਾ ਜਿਸਨੂੰ ਕਿਹਾ ਜਾਂਦਾ ਹੈ। ਦੂਸਰਾ ਜਗਿਆਸੂ ਹੈ ਜਿਹੜਾ ਸਾਧਨਾ ਦੇ ਵਿੱਚ ਲੱਗਾ ਹੋਇਆ ਹੈ, ਭਾਵ ਭਗਤੀ ਸੇਵਾ ਸਿਮਰਨ ਸਤਸੰਗਤ ਦੇ ਸਾਧਨ ਕਰ ਰਿਹਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਕਿ ਵਾਹਿਗੁਰੂ ਦੀ ਪ੍ਰਾਪਤੀ ਲਈ ਭਗਤੀ ਬੰਦਗੀ ਕਿੰਨੀ ਕੁ ਕਰਨੀ ਚਾਹੀਦੀ ਹੈ ਜਗਿਆਸੂ ਨੂੰ, ਸਾਧਕ ਨੂੰ? ਤਾਂ ਸਤਿਗੁਰੂ ਜੀ ਨੇ ਬੜਾ ਸੁੰਦਰ ਉੱਤਰ ਦਿੱਤਾ, ਸਾਲਾਹੀ ਸਾਲਾਹੇ ਇਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀ ਹੈ। ਇਤਨੀ ਸਲਾਹ ਕਰ, ਇਤਨੀ ਭਗਤੀ ਕਰ, ਇਤਨੀ ਬੰਦਗੀ ਕਰ, ਕਰਦਿਆਂ 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 ਉਸ ਦਾ ਰੂਪ ਜਦੋਂ ਤੂੰ ਬਣ ਜਾਏ, ਉਹਦੇ ਵਿੱਚ ਜਦੋਂ ਇਕਤਾ ਇੱਕ ਮਿਕਤਾ ਤੈਨੂੰ ਪ੍ਰਾਪਤ ਹੋ ਜਾਏ, ਉਦੋਂ ਤੱਕ ਇੱਕ ਮਿਕਤਾ ਦੀ ਪ੍ਰਾਪਤੀ ਤੱਕ ਤੂੰ ਬੰਦਗੀ ਭਗਤੀ ਵਾਹਿਗੁਰੂ ਦੀ ਸਿਫਤ ਸਲਾਹ ਕਰੀ ਚੱਲ। ਸਤਿਗੁਰੂ ਕਹਿੰਦੇ ਹੈ ਨਦੀ ਵੀ ਓਨਾ ਚਿਰ ਵਗਦੀ ਰਹਿੰਦੀ ਹੈ ਜਿੰਨਾ ਚਿਰ ਉਹ ਜਾ ਕੇ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਨਹੀਂ ਬਣ ਜਾਂਦੀ। ਓਨਾ ਚਿਰ ਉਹਦੀ ਜਿਹੜੀ ਸਾਧਨਾ ਹੈ, ਓਨਾ ਚਿਰ ਉਹਦਾ ਜਿਹੜਾ ਤੁਰਨਾ ਹੈ, ਉਹਦੀ ਜਿਹੜੀ ਚਾਲ ਹੈ, ਉਸ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ, ਖੜੋਤ ਨਹੀਂ ਆਉਂਦੀ। ਜਿਹੜਾ ਵੀ ਕੋਈ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦਾ, ਉਸ ਰੁਕਾਵਟ ਨੂੰ ਆਪਣੇ ਜਲ ਦੇ ਤੇਜ ਨਾਲ ਪਾਸੇ ਕਰ ਦਿੰਦੀ ਹੈ।
ਅਸਲੀ ਸੱਚਾ ਜਗਿਆਸੂ ਉਹੋ ਹੀ ਹੈ, ਸਾਧਕ ਉਹੋ ਹੀ ਹੈ। ਵਾਹਿਗੁਰੂ ਦੀ ਬੰਦਗੀ ਕਰਦਿਆਂ ਕਰਦਿਆਂ ਮਨ ਵਿੱਚ ਵਿਕਾਰਾਂ ਦੀਆਂ ਰੁਕਾਵਟਾਂ ਵੀ ਆਉਂਦੀਆਂ, ਅਰਦਾਸਾਂ ਦੁਆਰਾ ਸਾਧਨਾ ਦੁਆਰਾ ਲੱਗਾ ਰਹੇ ਤਾਂ ਉਹ ਵੀ ਦੂਰ। ਬਾਣੀ ਸਿਮਰਨ ਭਗਤੀ ਮਹਾਰਾਜ ਦੇ ਨਾਮ ਵਿੱਚ ਇਹ ਪ੍ਰਤਾਪ ਹੈ ਉਹ ਦੂਰ ਹੋ ਜਾਂਦੀਆਂ ਹਨ। ਫਿਰ ਅੱਗੇ ਦੁਨੀਆਂ ਦੇ ਵਿੱਚ ਰਿੱਧੀਆਂ ਸਿੱਧੀਆਂ ਦੀਆਂ ਰੁਕਾਵਟਾਂ, ਉਹਨਾਂ ਨੂੰ ਵੀ ਉਹ ਭਗਤੀ ਦਾ ਪ੍ਰਵਾਹ ਜਿਵੇਂ ਜਲ ਦਾ ਪ੍ਰਵਾਹ ਆਈਆਂ ਰੁਕਾਵਟਾਂ ਨੂੰ ਪਾਸੇ ਕਰ ਦਿੰਦਾ, ਭਗਤੀ ਦਾ ਜਿਹੜਾ ਜ਼ੋਰਦਾਰ ਪ੍ਰਵਾਹ ਉਹ ਤੋਂ ਵੀ ਉਹ ਪਰੇ ਹੋ ਕੇ ਸਭ ਨੂੰ ਦੂਰ ਕਰਦੇ ਕਰਦੇ ਆਪਣੇ ਸੌ ਸਾਗਰ ਵਾਹਿਗੁਰੂ ਦੇ ਵਿੱਚ ਜਾ ਕੇ ਮਿਲ ਜਾਂਦੇ, ਜਿਵੇਂ ਨਦੀ ਸਮੁੰਦਰ ਵਿੱਚ ਮਿਲਦੀ ਹੈ। ਇਸ ਤਰ੍ਹਾਂ ਹਜ਼ੂਰ ਫਰਮਾਨ ਕਰਦੇ ਹੈ ਕਿ ਗੁਰਮੁਖਾਂ ਦੀ ਜਿਹੜੀ ਭਗਤੀ ਹੈ ਨਾ, ਉਹ ਤੁਰਿਆ ਰੂਪ ਘਰ, ਸੱਚਖੰਡ ਰੂਪ ਘਰ, ਵਾਹਿਗੁਰੂ ਦੀ ਪ੍ਰਾਪਤੀ ਰੂਪ ਘਰ ਦੀ ਜਿੰਨਾ ਚਿਰ ਮੰਡਲ ਨਹੀਂ ਪ੍ਰਾਪਤ ਹੋ ਜਾਂਦੀ, ਉਨਾ ਚਿਰ ਉਹ ਭਗਤੀ ਦੇ ਪ੍ਰੇਮਾ ਭਗਤੀ ਦੇ ਪ੍ਰਵਾਹ ਵਿੱਚ ਲੱਗੇ ਰਹਿੰਦੇ ਹਨ। ਗੁਰਮੁਖਾਂ ਦੀ ਭਗਤੀ ਕੀ ਹੈ? ਪ੍ਰੇਮਾ ਭਗਤੀ ਗੁਰਮੁਖ, ਭਾਈ ਇੱਕ ਵਾਹਿਗੁਰੂ ਦੀ ਗਿਆਨ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਉਹ ਪ੍ਰੇਮਾ ਭਗਤੀ ਦੇ ਵਿੱਚ ਹੀ ਲੱਗੇ ਰਹਿੰਦੇ ਆ। ਗੁਰਮੁਖਾਂ ਦੀ ਐਸੀ ਭਗਤੀ ਹੈ, ਬਿਨ ਗੁਰ ਭੇਟੇ ਮਰ ਆਈਆ ਜਾਈਆ। ਜਿਹੜੇ ਭਾਈ ਗੁਰਾਂ ਨੂੰ ਭੇਟੇ ਨਹੀਂ ਮਿਲੇ ਹਨ, ਭੇਟ ਨਾ ਮਿਲਣ ਦਾ ਹੁੰਦਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਸਾਡੀ ਭੇਂਟ ਹੋਈ, ਭੇਂਟ ਵਾਰਤਾ ਕੀਤੀ, ਵੀ ਮਿਲੇ ਵੀ ਤੇ ਵਿਚਾਰ ਵੀ ਕੀਤੀ ਆਪਸ ਵਿੱਚ। ਇਸ ਤਰ੍ਹਾਂ ਗੁਰਾਂ ਨੂੰ ਮਿਲੇ ਤੋਂ ਬਿਨਾਂ, ਗੁਰੂ ਕੀ ਸੰਗਤ ਕੀਤੇ ਤੋਂ ਬਿਨਾਂ, ਗੁਰੂ ਨਾਲ ਜੁੜੇ ਤੋਂ ਬਿਨਾਂ, ਜਾਂ ਫਿਰ ਇਉਂ ਕਹਿ ਲਓ ਗੁਰੂ ਧਾਰਨ ਕੀਤੇ ਤੋਂ ਬਿਨਾਂ, ਜੀਵ ਦਾ ਜੰਮਣਾ ਅਤੇ ਮਰਨਾ ਇਹ ਮੁੱਕ ਨਹੀਂ ਸਕਦਾ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਮੁਕਤ ਨਾ ਪਾਵੈ, ਗੁਰਬਿਨ ਸੁਰਤ ਨਾ ਸਿੱਧ। ਇਸ ਕਰਕੇ ਸਾਧ ਸਿੰਘ ਜੀ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਕਦੇ ਪ੍ਰਾਪਤ ਹੋ ਸਕਦੀ। ਗੁਰੂ ਨੂੰ ਮਿਲੇ ਤੋਂ ਬਿਨਾਂ ਜੰਮਣ ਮਰਨ ਦਾ ਗੇੜਾ ਨਹੀਂ ਚੁੱਕਿਆ ਜਾ ਸਕਦਾ। ਇਸ ਕਰਕੇ ਜਿਹੜੇ ਗੁਰੂ ਤੋਂ ਹੀਣੇ ਹਨ, ਜਿਨ੍ਹਾਂ ਨੇ ਗੁਰੂ ਨੂੰ ਆ ਕੇ ਮਿਲਣਾ ਨਹੀਂ ਕੀਤਾ, ਗੁਰੂ ਦੀ ਆਗਿਆ ਨੂੰ ਨਹੀਂ ਮੰਨਿਆ, ਉਹ ਸਤਿਗੁਰੂ ਕਹਿੰਦੇ ਮਰ ਕੇ ਆਉਂਦੇ ਹੈ ਤੇ ਇਸ ਸੰਸਾਰ ਤੇ ਆ ਕੇ ਫਿਰ ਮਰ ਕੇ ਤੁਰ ਜਾਂਦੇ ਆ, ਨਰਕਾਂ ਨੂੰ 84 ਦੇ ਗੇੜੇ ਵਿੱਚ ਜਾ ਕੇ ਪੈ ਜਾਂਦੇ ਹਨ। ਗੁਰਮੰਤਰ ਹੀ ਨਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਨ ਹੈ, ਕੂਕਰ ਹੈ ਸੂਕਰ ਹੈ, ਗਰਦ ਵਹਿ ਕਾਕ ਹੈ ਸਰਪਨ ਹੈ ਤੁਲਖਲ ਹੈ। ਇਸ ਕਰਕੇ ਬਿਨਾਂ ਗੁਰਾਂ ਤੋਂ, ਜਿਨ੍ਹਾਂ ਨੇ ਗੁਰਾਂ ਨੂੰ ਮਿਲਣਾ ਨਹੀਂ ਕੀਤਾ, ਗੁਰੂ ਦੀ ਆਗਿਆ ਨਹੀਂ ਮੰਨੀ, ਗੁਰੂ ਦਾ ਉਪਦੇਸ਼ ਧਾਰਨ ਨਹੀਂ ਕੀਤਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਰਜ਼ਾਦਾ ਬੰਨ ਦਿੱਤੀ ਕਿ ਗੁਰੂ ਘਰ ਵਿੱਚ ਗੁਰੂ ਧਾਰਨ ਕਰਨ ਦੀ ਗੁਰਸਿੱਖ ਮਾਈ ਭਾਈ ਲਈ ਇਹ ਮਰਜ਼ਾਦਾ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੱਖ ਜਦੋਂ ਗੁਰੂ ਵਾਲਾ ਬਣਦਾ, ਪੰਜਾਂ ਪਿਆਰਿਆਂ ਤੋਂ ਨਾਮ ਦੀ ਦਾਤ ਪ੍ਰਾਪਤ ਕਰਦਾ, ਇਹੀ ਗੁਰੂ ਵਾਲੇ ਬਣਨਾ, ਇਹੀ ਗੁਰੂ ਨਾਲ ਭੇਂਟ ਵਾਰਤਾ ਕਰਨੀ, ਇਹੀ ਗੁਰੂ ਦੇ ਲੜ ਲੱਗਣ ਦੀ ਸੁਖੈਨ ਸਤਿਗੁਰੂ ਜੀ ਨੇ ਮਰਜ਼ਾਦਾ ਅਤੇ ਜੁਗਤੀ ਸਾਨੂੰ ਬਖਸ਼ਿਸ਼ ਕੀਤੀ ਹੈ। ਜਿਹੜਾ ਗੁਰਸਿੱਖ ਗੁਰੂ ਦੀ ਐਸੀ ਆਗਿਆ ਮੰਨ ਲੈਂਦਾ, ਭਾਈ ਉਹ ਜੰਮਣ ਮਰਨ ਤੋਂ ਮੁਕਤ ਹੋ ਜਾਂਦਾ ਹੈ।
ਇਸ ਕਰਕੇ ਜਿਨ੍ਹਾਂ ਨੇ ਗੁਰੂ ਨੂੰ ਧਾਰਨ ਨਹੀਂ ਕੀਤਾ ਨਗੁਰੇ ਪੁਰਸ਼ ਹਨ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਜਿਹੜੇ ਗੁਰੂ ਤੋਂ ਹੀਣੇ ਹੈ ਉਹਨਾਂ ਦਾ ਤਾਂ ਨਾਮ ਲੈਣਾ ਵੀ ਪਾਪ ਹੈ। ਇਸ ਕਰਕੇ ਜਿਹੜੇ ਬਿਨਾਂ ਗੁਰੂ ਤੋਂ ਹਨ, ਗੁਰੂ ਵਾਲੇ ਨਹੀਂ ਬਣੇ, ਗੁਰੂ ਨਾਲ ਮਿਲੇ ਨਹੀਂ ਹਨ, ਉਹਨਾਂ ਦੀ ਹਾਲਤ ਕੀ ਹੁੰਦੀ ਹੈ? ਮਹਾਰਾਜ ਕਹਿੰਦੇ ਮਰ ਕੇ ਜੰਮਦੇ ਅਤੇ ਆਉਂਦੇ ਜਾਂਦੇ 84 ਦੇ ਚੱਕਰ ਵਿੱਚ ਪਏ ਰਹਿੰਦੇ ਹਨ। ਸਲਾਮ ਦੇ ਕੇ ਹਜ਼ੂਰ ਫਰਮਾਉਂਦੇ ਆ ਗੁਰ ਕਰੋ ਜੇ ਸਾਚ ਦੁਰੜਾਵੇ। ਗੁਰੂ ਕਿਹੋ ਜਿਹਾ ਕਰਨਾ, ਗੁਰੂ ਕਿਹੋ ਜਿਹਾ ਧਾਰਨ ਕਰਨਾ, ਇਹ ਵੀ ਨਾਲ ਹੀ ਦੱਸ ਰਹੇ ਆ ਅਗਲੀ ਪੰਕਤੀ ਵਿੱਚ। ਹਰ ਸਿੱਖ ਦੇ ਮਨ ਦੇ ਸਵਾਲ ਦਾ ਸਤਿਗੁਰੂ ਉੱਤਰ ਦਿੰਦੇ ਆ। ਜੋ ਜੋ ਸੰਕਲਪ ਪੈਦਾ ਹੁੰਦਾ ਉਹੀ ਉਹੀ ਸਤਿਗੁਰੂ ਸੰਕਲਪ ਸੱਚੇ ਪਾਤਸ਼ਾਹ ਮਨ ਦੀ ਸ਼ੰਕਾ ਨੂੰ ਦੂਰ ਕਰਦੇ ਆ ਕਿ ਗੁਰੂ ਕਿਹੋ ਜਿਹਾ ਕਰਨਾ। ਸੋ ਐਸਾ ਗੁਰੂ ਜੀਵਨ ਵਿੱਚ ਧਾਰਨ ਕਰਨਾ ਕਰ ਜਿਹੜਾ ਸੱਚੇ ਵਾਹਿਗੁਰੂ ਦੇ ਨਾਮ ਨੂੰ ਤੈਨੂੰ ਦ੍ਰਿੜ ਕਰਾ ਦੇਵੇ, ਸੱਚ ਸਰੂਪ ਦੇ ਗਿਆਨ ਨੂੰ ਦ੍ਰਿੜ ਕਰਾ ਦੇਵੇ। ਗੁਰ ਲਾਗਾ ਤਬ ਜਾਨੀ ਹੈ, ਮਿਟੈ ਮੋਹ ਤਨ ਤਾਪ, ਹਰਖ ਸੋਗ ਦਾਜੈ ਨਹੀਂ ਤਬ ਹਰ ਆਪੈ ਆਪ। ਗੁਰੂ ਨਾਲ ਲੱਗਿਆ ਤਦ ਜਾਣੀਦਾ ਹੈ, ਗੁਰੂ ਵਾਲਾ ਬਣਿਆ ਤਦ ਮੰਨੀਦਾ ਹੈ ਜਦੋਂ ਮਨ ਵਿੱਚੋਂ ਮੋਹ ਦਾ ਤਾਪ ਮਿਟ ਜਾਏ। ਹਰਖ ਅਤੇ ਖੁਸ਼ੀ ਗਮੀ ਤੋਂ ਅਵਸਥਾ ਉੱਤੇ ਚਲੀ ਜਾਏ। ਅਸਲੀ ਗੁਰੂ ਉਸ ਨੇ ਧਾਰਨ ਕਰ ਲਿਆ ਔਰ ਗੁਰੂ ਦੀ ਆਗਿਆ ਨੂੰ ਮੰਨ ਕੇ ਜਦੋਂ ਕਮਾਈ ਕੀਤੀ ਤਾਂ ਹੀ ਇਹਨਾਂ ਤੋਂ ਛੁਟਕਾਰਾ ਹੋਏਗਾ, ਉਹਨਾਂ ਚਿਰ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਆ ਭਾਈ ਉਹ ਗੁਰੂ ਧਾਰਨ ਕਰ, ਉਸ ਗੁਰੂ ਦੇ ਲੜ ਲੱਗ, ਐਵੇਂ ਦੰਭੀਆਂ ਪਖੰਡੀਆਂ ਦੇ ਦਰਾਂ ਤੇ ਜਾ ਕੇ ਮੱਥਾ ਨਾ ਰਗੜ। ਆਪ ਡੁੱਬੇ ਚੋਂ ਬੇਦਮੈ ਚੇਲੇ ਦੀਏ ਬਹਾਏ। ਆਪ ਮੁਕਤ ਨਹੀਂ ਹੋਏ, ਦੂਸਰਿਆਂ ਨੂੰ ਮੁਕਤ ਕਰਨ ਦੀ ਜਿਨ੍ਹਾਂ ਕੋਲ ਸਮਰੱਥਾ ਨਹੀਂ ਉਹਨਾਂ ਨੂੰ ਗੁਰੂ ਨਹੀਂ ਧਾਰਨ ਕਰਨਾ, ਉਹਨਾਂ ਦੇ ਦਰ ਤੇ ਨਹੀਂ ਕਦੇ ਭੁੱਲ ਕੇ ਵੀ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਆ ਭਾਈ ਪੂਰਾ ਗੁਰੂ ਅਸਲੀ ਗੁਰੂ ਕਲਯੁਗ ਦੇ ਵਿੱਚ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਐਸੇ ਸਤਿਗੁਰੂ ਨੂੰ ਗੁਰੂ ਧਾਰਨ ਕਰ ਜਿਹੜੇ ਸੱਚ ਸਰੂਪ ਦਾ ਗਿਆਨ ਤੈਨੂੰ ਦ੍ਰਿੜ ਕਰਾ ਦੇਣ, ਤੇਰੇ ਉੱਤੇ ਇਹ ਜਗਿਆਸੂ ਕਿਰਪਾ ਕਰ ਦੇਣ। ਉਹ ਸੱਚੇ ਸਤਿਗੁਰੂ ਦੀ ਲਾੜ, ਸੱਚੇ ਸਤਿਗੁਰੂ ਦੀ ਟੇਕ ਲੈਣਾ ਕਰ। ਅਕਥ ਕਥਾਵੇ ਸ਼ਬਦ ਮਿਲਾਵੇ। ਉਹ ਅਕਥ ਪਰਮੇਸ਼ਰ ਆ, ਉਸ ਦਾ ਕਥਨ ਕਰਾ ਦੇਵੇ ਔਰ ਸ਼ਬਦ ਦੁਆਰਾ ਉਪਦੇਸ਼ ਦੁਆਰਾ ਤੈਨੂੰ ਮਿਲਾ ਦੇਵੇ ਵਾਹਿਗੁਰੂ ਪਰਮੇਸ਼ਰ ਦੇ ਨਾਲ। ਐਸਾ ਗੁਰੂ ਤੂੰ ਧਾਰਨ ਕਰਨਾ ਕਰ ਜੀਵਨ ਦੇ ਵਿੱਚ। ਹਰਗੇ ਲੋਕ ਅਵਰ ਨਹੀਂ ਕਾਰਾ। ਹਰੀ ਦੇ ਵਾਹਿਗੁਰੂ ਦੇ ਜਿਹੜੇ ਲੋਕ ਹੈ ਨਾ, ਵਾਹਿਗੁਰੂ ਦੇ ਜਿਹੜੇ ਦਾਸ ਹੈ, ਠਾਕੁਰ ਮੈਂ ਦਾਸ ਦਾਸ ਮੈਂ ਸੋਏ, ਅਵਰ ਉਹਨਾਂ ਨੂੰ ਹੋਰ ਕੋਈ ਦੁਨੀਆਂ ਦੇ ਕੰਮ ਧੰਦੇ ਨਹੀਂ ਹਨ। ਉਹ ਤਾਂ ਭਾਈ ਹਰੀ ਦੇ ਲੋਕਾਂ ਦੀ ਕਾਰ ਕੀ ਹੈ ਕਿ ਉੱਠੇ ਪਹਿਰ ਗੁਰੂ ਦੇ ਦਿੱਤੇ ਹੋਏ ਸ਼ਬਦ ਉਪਦੇਸ਼ ਨੂੰ
ਆਪਣੇ ਜੀਵਨ ਵਿੱਚ ਦ੍ਰਿੜ ਕਰਕੇ ਪ੍ਰਪੱਖ ਕਰਕੇ ਉਸ ਦੀ ਘਾਲਣਾ ਕਰਦੇ ਹਨ। ਇਉਂ ਹਰੀ ਦੇ ਲੋਕ ਉਹ ਕਾਰ ਨਹੀਂ ਕਰਦੇ ਜਿਸ ਕਾਰ ਕਰਨ ਦੇ ਨਾਲ ਵਾਹਿਗੁਰੂ ਭੁੱਲ ਜਾਏ ਜਾਂ ਪਰਮੇਸ਼ਰ ਤੋਂ ਬੇਮੁਖ ਹੋ ਜਾਏ। ਪ੍ਰਭੂ ਦੇ ਪਿਆਰੇ ਉਹ ਕਾਰ ਕਰਦੇ ਹੈ ਜਿਸ ਨਾਲ ਮਨ ਅਤੇ ਸੁਰਤੀ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੀ ਰਹੇ। ਇਸ ਕਰਕੇ ਹਰੀ ਦੇ ਲੋਕ, ਹਰੀ ਦੇ ਪਿਆਰੇ ਉਹ ਹੋਰ ਐਸੇ ਦੁਨਿਆਵੀ ਕੰਮ ਧੰਦੇ ਅਤੇ ਹੋਰ ਕਾਰਾਂ ਨਹੀਂ ਕਰਦੇ ਹਨ ਜਿਨ੍ਹਾਂ ਦੇ ਕਰਨ ਨਾਲ ਵਾਹਿਗੁਰੂ ਤੋਂ ਬੇਮੁਖ ਹੋ ਜਾਈਏ। ਗੁਰਸਿੱਖ ਨੂੰ ਸਤਿਗੁਰੂ ਦਾ ਹੁਕਮ ਹੈ ਨਾ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਧਰਮ ਦੀ ਕਿਰਤ ਕਰਨੀ, ਸੁਰਤ ਨੂੰ ਚਿੱਤ ਨੂੰ ਨਾਮ ਵਿੱਚ ਜੋੜ ਕੇ ਰੱਖਣਾ। ਜੇ ਕੋਈ ਵਪਾਰ ਕਰਦਾ ਵਪਾਰ ਵੀ ਕਰੇ ਨਾਲ ਨਾਮ ਦੀ ਵੀ ਕਮਾਈ ਕਰੇ। ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ ਕਿ ਸਮੇਂ ਦੀਆਂ ਵਿੱਥਾਂ ਨੂੰ ਬੰਦਾ ਸੰਭਾਲਣ ਦਾ ਯਤਨ ਕਰਨਾ ਸ਼ੁਰੂ ਕਰ ਦੇਵੇ ਨਾ ਤਾਂ ਆਪਣੀ ਜ਼ਿੰਦਗੀ ਦਾ ਹਰ ਪਲ ਉਹ ਸਿਮਰਨ ਵਿੱਚ ਲਾ ਕੇ ਸਫਲ ਕਰ ਸਕਦਾ। ਉਹ ਕਹਿੰਦੇ ਦੁਕਾਨਦਾਰ ਦੁਕਾਨ ਤੇ ਬੈਠਾ, ਜਿੰਨਾ ਚਿਰ ਗਾਹਕ ਨਹੀਂ ਆਇਆ ਉਨਾ ਸਮਾਂ ਹੈ ਉਸ ਦੇ ਪਾਸ, ਉਨਾ ਵਕਤ ਨਾਮ ਵਿੱਚ ਬਾਣੀ ਵਿੱਚ ਸਿਮਰਨ ਵਿੱਚ ਲਾਵੇ। ਇਹ ਸਮਾਂ ਜਦੋਂ ਜਦੋਂ ਸਮੇਂ ਦੀ ਵਿੱਥ ਮਿਲਦੀ ਹੈ ਉਸ ਸਮੇਂ ਨੂੰ ਸੰਭਾਲਣ ਦਾ ਯਤਨ ਕਰੇ। ਥੋੜੇ ਥੋੜੇ ਸਮੇਂ ਨੂੰ ਵੀ ਜੇ ਸੰਭਾਲਣ ਦਾ ਯਤਨ ਕਰਨ ਲੱਗ ਜਾਏ ਨਾ ਤਾਂ ਸਹਿਜੇ ਸਹਿਜੇ ਸਾਰਾ ਵਕਤ ਹੀ ਜ਼ਿੰਦਗੀ ਦਾ ਸਫਲ ਹੋ ਸਕਦਾ, ਨਾਮ ਵਿੱਚ ਬਾਣੀ ਵਿੱਚ ਭਗਤੀ ਦੀ ਕਾਰ ਵਿੱਚ ਲੱਗ ਕੇ ਸਫਲਾ ਹੋ ਸਕਦਾ। ਇਸ ਕਰਕੇ ਭਾਈ ਉਹ ਅਵਰ ਐਸੀ ਕਾਰ ਨਹੀਂ ਕਰਦੇ ਜਿਸ ਕਾਰ ਕਰਨ ਦੇ ਨਾਲ ਵਾਹਿਗੁਰੂ ਤੋਂ ਹਰੀ ਤੋਂ ਬੇਮੁਖ ਹੋ ਜਾਣ। ਹਰੀ ਦੇ ਪਿਆਰੇ ਦੇ ਧਰਮ ਦੀ ਕਿਰਤ ਵੀ ਕਰਦੇ ਆ, ਨਾਲ ਨਾਲ ਵਾਹਿਗੁਰੂ ਦੇ ਨਾਮ ਨੂੰ ਵੀ ਜਪਦੇ ਆ, ਸਿਮਰਨ ਕਰਦੇ ਆ। ਭਗਤ ਕਬੀਰ ਜੀ ਪਾਣੀ ਵੀ ਬੁਣਦੇ ਆ, ਕੱਪੜਾ ਵੀ ਤਿਆਰ ਕਰਦੇ, ਨਾਲ ਵਾਹਿਗੁਰੂ ਦਾ ਨਾਮ ਵੀ ਜਪਦੇ ਆ। ਭਗਤ ਧੰਨਾ ਜੀ ਹਲ ਵਾਹੁੰਦੇ ਆ, ਵਾਹਿਗੁਰੂ ਦਾ ਨਾਮ ਵੀ ਜਪਦੇ ਆ। ਨਾਮਦੇਵ ਜੀ ਚੰਦੇ ਛਾਪਦੇ ਆ, ਵਾਹਿਗੁਰੂ ਦਾ ਨਾਮ ਵੀ ਜਪਦੇ ਆ। ਇਸ ਕਰਕੇ ਜਿਵੇਂ ਭਗਤਾਂ ਨੇ ਆਪਣਾ ਜੀਵਨ, ਕੀ ਉਹ ਕਿਰਤ ਵਿਰਤ ਤੋਂ ਵਿਹਲੇ ਸਨ? ਬਿਲਕੁਲ ਨਹੀਂ, ਉਹਨਾਂ ਨੇ ਕਿਰਤ ਵਿਰਤ ਵੀ ਕੀਤੀ, ਨਾਮ ਵੀ ਜਪਿਆ। ਕਿਰਤ ਵਿਰਤ ਕਰਕੇ ਨਾਮ ਜਪ ਕੇ ਵਾਹਿਗੁਰੂ ਪਰਮੇਸ਼ਰ ਦੀ ਉਹਨਾਂ ਨੇ ਪ੍ਰਾਪਤੀ ਕਰ ਲਈ। ਗੁਰਸਿੱਖਾਂ ਨੂੰ ਵੀ ਸਤਿਗੁਰੂ ਦੀ ਇਹੋ ਹੀ ਆਗਿਆ ਹੈ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਦੋਂ ਹਲ ਵਾਹਿਆ ਕਰਦੇ, ਹਰ ਹਲਾਈ ਦੇ ਵਿੱਚ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰ ਲੈਣਾ ਉਹਨਾਂ ਨੇ, ਭਾਵ ਵਾਹਿਗੁਰੂ ਦੀ ਬਖਸ਼ਿਸ਼ ਭਗਤੀ ਬੰਦਗੀ ਨੂੰ ਕਰਦਿਆਂ ਆਪਣੀ ਕਿਰਤ ਵੀ ਕਰਨੀ ਤੇ ਆਪਣੀ ਸੁਰਤ ਨਾਮ ਵਿੱਚ ਬਾਣੀ ਵਿੱਚ ਜੋੜ ਕੇ ਰੱਖਣੀ। ਕਿਰਤ ਵੀ ਸਫਲੀ ਹੋ ਗਈ ਤੇ ਸਾਧ ਸਿੰਘ ਦੀ ਕਿਰਤ ਵੀ ਕੀਤੀ ਗਈ। ਇਸ ਕਰਕੇ ਹਰੀ ਦੇ ਲੋਕ, ਹਰੀ ਦੇ ਪਿਆਰੇ ਜਿਹੜੇ ਆ ਦਾਸ ਹੈ, ਉਹ ਐਸੀ ਕਾਰ ਨਹੀਂ ਕਰਦੇ ਜਿਸ ਨਾਲ ਵਾਹਿਗੁਰੂ ਤੋਂ ਬੇਮੁਖ ਹੋ ਜਾਣ, ਐਸੀ ਕਿਰਤ ਨਹੀਂ ਕਰਦੇ ਜਿਹੜੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਵੇ। ਹਰ ਕਿਰਤ ਵਿੱਚ, ਹਰ ਕਾਰ ਵਿੱਚ ਵਾਹਿਗੁਰੂ ਦੇ ਨਾਮ ਨੂੰ, ਉਹਦੀ ਭਗਤੀ ਨੂੰ ਮੁੱਖ ਰੱਖਦੇ ਹਨ।
ਸੱਚ ਠਾਕੁਰ ਸੱਚ ਪਿਆਰਾ। ਸੱਚ ਸਰੂਪ ਜੋ ਸਾਰਿਆਂ ਦਾ ਠਾਕੁਰ ਸਵਾਮੀ ਮਾਲਕ ਹੈ, ਉਸ ਵਾਹਿਗੁਰੂ ਦਾ ਜਿਹੜਾ ਪਿਆਰਾ ਨਾਮ ਹੈ, ਸੱਚਾ ਨਾਮ ਹੈ, ਉਹ ਉਹਨਾਂ ਨੂੰ ਸਭ ਤੋਂ ਪਿਆਰਾ ਹੈ ਜੀਵਨ ਵਿੱਚ। ਆਖਾਂ ਜੀਵਾਂ ਵਿਸਰੇ ਮਰ ਜਾਓ, ਐਸੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੈ, ਇੰਨਾ ਨੇ ਹੈ, ਇੰਨਾ ਪਿਆਰ ਹੈ ਵਾਹਿਗੁਰੂ ਦੇ ਨਾਮ ਨਾਲ। ਤਨ ਮਹਿ ਮਨੁਆ ਮਨ ਮਹਿ ਸਾਚਾ। ਤਨ ਸਰੀਰ ਦੇ ਵਿੱਚ ਮਨ ਹੈ, ਔਰ ਮਨ ਦੇ ਵਿੱਚ ਉਹਦੀ ਪਰਤਕ ਚੇਤਨ ਸੱਤਾ ਰੂਪ ਜੋਤ ਹੈ। ਇਸ ਕਰਕੇ ਤਨ ਮਹਿ ਮਨੁਆ ਮਨ ਮਹਿ ਸਾਚਾ। ਇਸੇ ਤਰ੍ਹਾਂ ਤਨ ਵਿੱਚ ਮਨੁਆ ਕੀ ਵਾਹਿਗੁਰੂ ਦੇ ਨਾਮ ਦਾ ਮੰਨਣ ਕਰੇ, ਔਰ ਮੰਨਣ ਤੋਂ ਅੱਗੇ ਸਾਧ ਸੰਗਤ ਜੀ ਮਨ ਦੇ ਵਿੱਚ ਫਿਰ ਨਿਧਿਆਸਨ ਕਰੇ, ਨਿਧਿਆਸਨ ਤੋਂ ਅੱਗੇ ਫਿਰ ਸੱਚ ਸਰੂਪ ਦੀ ਪ੍ਰਾਪਤੀ ਦਾ ਗਿਆਨ ਹੋਏਗਾ। ਇਸ ਕਰਕੇ ਉਸ ਵਾਹਿਗੁਰੂ ਦੇ ਨਾਮ ਦਾ ਪਹਿਲਾਂ ਸਰਵਣ ਗਿਆਨ, ਫਿਰ ਮੰਨਣ ਗਿਆਨ, ਫਿਰ ਨਿਧਿਆਸਨ ਦਾ ਗਿਆਨ, ਜਦੋਂ ਇਹ ਪ੍ਰਾਪਤ ਕਰ ਲਿਆ ਫਿਰ ਉਹ ਸੱਚੇ ਸਰੂਪ ਵਾਹਿਗੁਰੂ ਵਿੱਚ ਅਭੇਦਤਾ ਪ੍ਰਾਪਤ ਹੋ ਜਾਂਦੀ ਹੈ। ਸੋ ਸੱਚਾ ਮਿਲ ਸੱਚੇ ਰਾਚਾ। ਉਹ ਸੱਚਾ ਜੋ ਮਨ ਦੇ ਵਿੱਚ ਉਸ ਦੀ ਚੇਤਨ ਸੱਤਾ ਸਰੂਪ ਜੋਤ ਵਰਤ ਰਹੀ ਹੈ, ਉਸ ਵਿੱਚ ਮਿਲ ਕੇ ਉਸੇ ਵਿੱਚ ਹੀ ਰਚ ਕੇ ਤਦਾਕਾਰ ਹੋ ਕੇ ਉਹਦਾ ਰੂਪ ਬਣ ਜਾਂਦਾ ਹੈ। ਸੇਵਕ ਪ੍ਰਭ ਕੈ ਲਾਗੈ ਪਾਏ। ਸੇਵਕ ਆਪਣੇ ਪ੍ਰਭੂ ਦੇ ਚਰਨਾਂ ਨਾਲ ਲੱਗੇ ਰਹਿੰਦੇ ਹਨ, ਜੁੜੇ ਰਹਿੰਦੇ ਹਨ ਅੱਠੇ ਪਹਿਰ। ਧੰਨ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਸੰਗਤਾਂ ਨੂੰ ਤਾਰ ਰਹੇ ਹਨ। ਕਾਬਲ ਦੇ ਇਲਾਕੇ ਵਿੱਚੋਂ ਸੰਗਤਾਂ ਦੀ ਮੰਗ ਆਈ, ਸੱਚੇ ਪਾਤਸ਼ਾਹ ਕੋਈ ਐਸਾ ਸਿੱਖ ਭੇਜੋ ਜਿਹੜਾ ਸਾਡੇ ਇਲਾਕੇ ਵਿੱਚ ਸਿੱਖੀ ਦਾ, ਗੁਰਮਤ ਦਾ, ਬਾਣੀ ਦਾ, ਸੇਵਾ ਦਾ ਪ੍ਰਚਾਰ ਕਰੇ, ਸਤਸੰਗਤ ਦਾ ਪ੍ਰਵਾਹ ਚਲਾਵੇ। ਤਾਂ ਸਤਿਗੁਰਾਂ ਨੇ ਭਾਈ ਗੋਂਦਾ ਜੀ ਨੂੰ, ਜਿਨ੍ਹਾਂ ਦਾ ਨਾਮ ਭਾਈ ਗੋਇੰਦ ਵੀ ਹੈ, ਭਾਈ ਗੋਂਦਾ ਜੀ ਨੂੰ ਭੇਜਿਆ। ਭਾਈ ਗੋਂਦਾ ਜੀ ਹਰ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਵਿੱਚ ਬੈਠ ਜਾਂਦੇ ਹਨ, ਨਿਤਨੇਮ ਤੋਂ ਉਪਰੰਤ ਸਿਮਰਨ ਵਿੱਚ ਜੁੜ ਜਾਂਦੇ ਹੈ, ਫਿਰ ਦੀਵਾਨ ਲੱਗਦਾ, ਸੰਗਤ ਕੀਰਤਨ ਕਰਦੀ ਹੈ, ਭਾਈ ਗੋਂਦਾ ਜੀ ਸੰਗਤ ਨੂੰ ਗੁਰਬਾਣੀ ਦੀ ਕਥਾ ਸੁਣਾਉਂਦੇ ਹੈ, ਔਰ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਵੀ, ਸ਼ਾਮ ਦੇ ਦੀਵਾਨ ਵਿੱਚ ਵੀ, ਜਿੱਥੇ ਜਿੱਥੇ ਸੰਗਤਾਂ ਯਾਦ ਕਰਦੀਆਂ ਗੁਰਮਤ ਦਾ ਪ੍ਰਵਾਹ ਚਲਾਉਂਦੇ ਹਨ। ਇੱਕ ਦਿਨ ਐਸੀ ਸੁਰਤ ਇਕਾਗਰ ਹੋਈ, ਮਨ ਇੰਨਾ ਇਕਾਗਰ ਹੋਇਆ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ, ਕਿਉਂਕਿ ਪੰਜ ਬਾਣੀਆਂ ਦੇ ਨਿਤਨੇਮ ਦੀ ਸੰਪੂਰਨ ਬਖਸ਼ਿਸ਼ ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਛਕਾਉਣ ਵਕਤ ਇਹ ਬਖਸ਼ਿਸ਼ ਕੀਤੀ ਹੈ। ਨੌ ਸਤਿਗੁਰੂ ਸਾਹਿਬਾਨਾਂ ਤੱਕ ਗੁਰਸਿੱਖ ਅੰਮ੍ਰਿਤ ਵੇਲੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਸਨ, ਜਾਂ ਆਸਾ ਜੀ ਦੀ ਵਾਰ ਦਾ ਪਾਠ ਜਾਂ ਕੀਰਤਨ। ਜਦੋਂ ਸੁਖਮਨੀ ਸਾਹਿਬ ਉਚਾਰਿਆ ਫਿਰ ਗੁਰਸਿੱਖ ਸੁਖਮਨੀ ਸਾਹਿਬ ਦਾ ਵੀ ਪਾਠ ਕਰਦੇ ਰਹੇ, ਔਰ ਸ਼ਾਮ ਨੂੰ ਸੋਧਰ ਰਹਿ ਰਾਜ ਸਾਹਿਬ ਦਾ ਪਾਠ ਕਰਨਾ, ਬਰਾਡਣ ਲੱਗਿਆ ਸੋਨੇ ਦਾ ਪਾਠ ਕਰਨਾ। ਤੋ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਰਪਾ ਕੀਤੀ, ਸਾਨੂੰ ਪੰਜ ਬਾਣੀਆਂ ਦਾ ਨਿਤਨੇਮ ਬਖਸ਼ਿਆ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪੀ ਸਾਹਿਬ, ਆਨੰਦ ਸਾਹਿਬ। ਕਿਉਂ ਭਾਈ ਗੋਂਦਾ ਜੀ ਜੋ ਨਿਯਮ ਸੀ, ਨਿਤਨੇਮ ਸੀ, ਉਸ ਅਨੁਸਾਰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ,
ਪਾਠ ਕਰਨ ਤੋਂ ਬਾਅਦ ਸਿਮਰਨ ਵਿੱਚ ਐਸਾ ਮਨ ਜੁੜਿਆ, ਧੰਨ ਗੁਰੂ ਹਰਿਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਮਨ ਜੁੜ ਗਿਆ, ਸੇਵਕ ਪ੍ਰਭ ਕੈ ਲਾਗੈ ਪਾਏ, ਚਰਨਾਂ ਵਿੱਚ ਐਸਾ ਮਨ ਜੁੜਿਆ, ਐਸੀ ਇਕਾਗਰਤਾ ਹੋਈ, ਸਰਗੁਣ ਸਰੂਪ ਦੇ ਚਰਨਾਂ ਵਿੱਚ ਮਨ ਲੀਨ ਹੋ ਗਿਆ। ਇਤਿਹਾਸ ਵਿੱਚ ਜ਼ਿਕਰ ਆਉਂਦਾ, ਦੀਵਾਨ ਵੀ ਸਮਾਪਤ ਹੋ ਗਿਆ, ਲੰਗਰ ਲਈ ਬਾਰ ਬਾਰ ਸਿੱਖ ਆ ਕੇ ਬੇਨਤੀ ਕਰਦੇ ਹੈ, ਸਤਿਗੁਰੂ ਗੁਰੂ ਹਰਿਰਾਜ ਸਾਹਿਬ ਕੀਰਤਪੁਰ ਸਾਹਿਬ ਬੈਠੇ ਹੈ ਸੰਘਾਸਨ ਤੇ ਅਡੋਲ, ਕੋਈ ਬਚਨ ਨਹੀਂ ਕਰਦੇ, ਸਰੀਰ ਦਾ ਇੱਕ ਵੀ ਅੰਗ ਨਹੀਂ ਹਿਲਾਉਂਦੇ। ਸਤਸੰਗਤ ਜੀ, ਸਵਾ ਪਹਿਰ ਤੋਂ ਬਾਅਦ ਸਤਿਗੁਰੂ ਜੀ ਉੱਠ ਕੇ ਲੰਗਰ ਦੇ ਵਿੱਚ ਆਏ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅੱਜ ਆਪ ਜੀ ਨੇ ਕਿਸੇ ਵੀ ਸਿੱਖ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਬਚਨ ਨਹੀਂ ਕੀਤਾ, ਅਡੋਲ ਬੈਠੇ ਰਹੇ ਨੇਤਰ ਬੰਦ ਕਰਕੇ। ਬਾਰ ਬਾਰ ਲੰਗਰ ਦੀਆਂ ਬੇਨਤੀਆਂ ਵੀ ਕੀਤੀਆਂ, ਕੀ ਕਾਰਨ ਸੀ? ਸਤਿਗੁਰੂ ਕਹਿਣ ਲੱਗੇ, ਗੁਰਸਿੱਖੋ, ਧਿਆਨ ਦੀ ਸਾਧਨਾ ਦੇ ਵਿੱਚ ਜੁੜਿਆ ਹੋਇਆ, ਧਿਆਨ ਦੀ ਮੰਜ਼ਿਲ ਨੂੰ ਤੈਅ ਕਰਦਾ ਹੋਇਆ ਸਿੱਖ ਦਾ ਮਨ, ਸਿੱਖ ਦੀ ਸੁਰਤ ਕਾਬਲ ਦੇ ਵਿੱਚੋਂ ਇੱਥੇ ਅਪੜ ਗਈ। ਭਾਈ ਗੋਂਦੇ ਨੇ ਸਾਡੇ ਚਰਨ ਪਕੜ ਲਏ ਸਨ, ਐਸੀ ਧਿਆਨ ਦੀ ਅਵਸਥਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਫਰਮਾਨ ਕਰਦੇ ਹੈ, ਭਾਈ ਗੁਰਦਾਸ ਜੀ ਨੇ ਵੀ ਕਿਹਾ ਹੈ ਕਿ ਗੁਰਸਿੱਖ ਨੂੰ ਸਿਮਰਨ ਜਿਹੜਾ ਉਹ ਕੂੰਜ ਦੀ ਤਰ੍ਹਾਂ ਔਰ ਧਿਆਨ ਕੱਛੂ ਦੀ ਤਰ੍ਹਾਂ, ਕੱਛੂ ਆਂਡਾ ਧਿਆਨ ਧਾਰ ਕਰ ਪ੍ਰਪੱਕ ਨਦੀ ਵਿੱਚ ਆਉਣਾ, ਉਹਦੇ ਧਿਆਨ ਵਿੱਚ ਕਿੱਡੀ ਵੱਡੀ ਸ਼ਕਤੀ ਹੈ, ਬਰੇਤੀ ਤੇ ਆਂਡੇ ਦੇ ਦਿੰਦੀ ਹੈ ਜਿਸ ਨੂੰ ਕੁੰਮੀ ਕਿਹਾ ਜਾਂਦਾ ਹੈ। ਪਰ ਸਤਸੰਗਤ ਜੀ, ਉਹ ਕਿਨਾਰੇ ਤੋਂ ਬੈਠੀ ਧਿਆਨ ਦੇ ਨਾਲ ਹੀ ਆਪਣੇ ਬੱਚਿਆਂ ਨੂੰ ਅੰਦਰ ਤਿਆਰ ਕਰਕੇ ਆਂਡਿਆਂ ਨੂੰ ਪਕਾ ਦਿੰਦੀ ਹੈ ਔਰ ਆਂਡਿਆਂ ਦੇ ਵਿੱਚੋਂ ਬੱਚੇ ਨਿਕਲ ਕੇ ਉਸ ਦੇ ਪਾਸ ਅੱਪੜ ਜਾਂਦੇ ਹੈ। ਇਸੇ ਤਰ੍ਹਾਂ ਕੂੰਜ ਦੀ ਅਵਸਥਾ ਹੈ, ਜਦੋਂ ਬਰਫ਼ ਪੈਂਦੀ ਹੈ ਪਹਾੜਾਂ ਦੇ ਇਲਾਕਿਆਂ ਦੇ ਵਿੱਚ, ਆਪਣੇ ਆਂਡੇ ਦੇ ਕੇ ਇੱਧਰ ਮੈਦਾਨੀ ਇਲਾਕਿਆਂ ਵਿੱਚ ਆ ਜਾਂਦੀਆਂ ਹਨ। ਸਤਿਗੁਰੂ ਮਹਾਰਾਜ ਜੀ ਨੇ ਵੀ ਫਰਮਾਨ ਕੀਤਾ ਹੈ, ਤਿੰਨ ਕਵਨ ਖਲਾਵੈ ਕਵਨ ਚਗਾਵੈ ਮਨ ਮਹਿ ਸਿਮਰਨ ਕਰਿਆ, ਉਡੇ ਉਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ, ਤਿੰਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ। ਬੱਚੇ ਮਗਰੋਂ ਆਂਡਿਆਂ ਵਿੱਚੋਂ ਨਿਕਲ ਕੇ ਪਲ ਜਾਂਦੇ ਆ, ਪਰ ਕੂੰਜ ਦਾ ਜਿਹੜਾ ਸਿਮਰਨ ਹੈ, ਜਿਹੜੀ ਯਾਦ ਹੈ, ਉਹ ਬੱਚਿਆਂ ਨੂੰ ਸ਼ਕਤੀ ਦੇ ਰਹੀ ਹੈ, ਤਾਕਤ ਦੇ ਰਹੀ ਹੈ। ਇਵੇਂ ਕੁੰਮੀ ਵੀ ਆਪਣੇ ਬੱਚਿਆਂ ਨੂੰ ਪਾਣੀ ਦੇ ਵਿੱਚ ਬੈਠੇ ਹੀ ਉਹਨਾਂ ਨੂੰ ਧਿਆਨ ਦੀ ਸ਼ਕਤੀ ਦੇ ਨਾਲ ਹੀ ਜਨਮ ਦੇ ਦਿੰਦੀ ਹੈ, ਤਿਆਰ ਕਰ ਦਿੰਦੀ ਹੈ, ਰਹੋ ਵਿਚਾਰ। ਇਸ ਕਰਕੇ ਧਿਆਨ ਦੀ ਐਸੀ ਮਹਾਨ ਸ਼ਕਤੀ ਹੈ, ਸਿਮਰਨ ਖੜੀ ਹੋ ਗਈ ਹੈ।
ਪਾਸ ਆਏ ਉਹ ਦਿਨ ਉਹ ਸਮਾਂ ਸਿੱਖਾਂ ਨੇ ਪੁੱਛਿਆ ਕਿੱਥੇ ਸੀ ਕਹਿਣ ਲੱਗੇ ਜੀ ਉਸ ਸਮੇਂ ਮਹਾਰਾਜ ਦੇ ਚਰਨਾਂ ਵਿੱਚ ਮਨ ਜੁੜਿਆ ਸੀ ਨਾਲ ਦੀ ਸੰਗਤ ਨੇ ਦੱਸਿਆ ਕਿ ਐਸੀ ਅਡੋਲ ਸਮਾਧੀ ਲੱਗੀ ਹੋਈ ਸੀ ਦਿਨ ਚੜ੍ਹਦੇ ਤੱਕ ਭਾਈ ਗੋਂਦਾ ਜੀ ਦੀ ਉਸ ਦਿਨ ਸਮਾਧੀ ਨਹੀਂ ਖੁੱਲ੍ਹੀ ਇਉਂ ਭਾਈ ਜਿਹੜੇ ਪ੍ਰਭੂ ਦੇ ਪਿਆਰੇ ਸਤਿਗੁਰੂ ਦੇ ਪਿਆਰੇ ਸੇਵਕ ਪ੍ਰਭ ਕੇ ਲਾਗੇ ਪਾਏ ਸੇਵਕ ਪ੍ਰਭੂ ਦੇ ਚਰਨਾਂ ਨਾਲ ਇਸ ਤਰ੍ਹਾਂ ਲੱਗੇ ਹੋਏ ਹਨ ਜੁੜੇ ਹੋਏ ਹਨ ਇਉਂ ਉਹਨਾਂ ਨੂੰ ਪ੍ਰਭੂ ਦੇ ਪਾਏ ਚਰਨ ਕੀ ਹੈ ਨਾਮ ਰੂਪ ਚਰਨਾਂ ਦੇ ਵਿੱਚ ਭਗਤੀ ਦੀ ਸਾਧਨਾ ਰੂਪ ਚਰਨਾਂ ਦੇ ਵਿੱਚ ਉਹ ਅੱਠੇ ਪਹਿਰ ਸੇਵਕ ਜਿਹੜੇ ਲੱਗੇ ਰਹਿੰਦੇ ਹਨ ਸਤਿਗੁਰ ਪੂਰਾ ਮਿਲਾ ਮਿਲਾਏ ਪੂਰਾ ਸਤਿਗੁਰੂ ਜਦੋਂ ਮਿਲ ਪੈਂਦਾ ਤੋ ਐਸੇ ਸੇਵਕਾਂ ਨੂੰ ਵਾਹਿਗੁਰੂ ਦੇ ਨਾਲ ਮਿਲਾ ਦਿੰਦਾ ਹੈ ਆਪ ਦਿਖਾਵੇ ਆਪੇ ਦੇਖਾ ਭਾਈ ਆਪਣੇ ਸਰੂਪ ਨੂੰ ਸੱਚੇ ਪਾਤਸ਼ਾਹ ਉਹਨਾਂ ਨੂੰ ਪ੍ਰਤੱਖ ਦਿਖਾ ਦਿੰਦੇ ਹਨ ਤੇ ਉਹ ਫਿਰ ਸਾਰਿਆਂ ਵਿੱਚ ਆਪਣੇ ਸਰੂਪ ਨੂੰ ਵੇਖਦੇ ਹੈ ਸਾਰਿਆਂ ਦੇ ਵਿੱਚ ਹੀ ਉਸ ਵਾਹਿਗੁਰੂ ਦੀ ਜੋਤ ਨੂੰ ਤੱਕਦੇ ਹਨ ਜਦੋਂ ਆਪ ਸਤਿਗੁਰੂ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਇੱਥੇ ਸੰਤ ਸ਼ਬਦ ਗੁਰੂ ਸਾਹਿਬ ਲਈ ਵਰਤਿਆ ਹੈ ਗੁਰੂ ਸਾਹਿਬ ਗਿਆਨ ਦਾ ਅੰਜਨ ਦੇ ਕੇ ਅਗਿਆਨ ਦਾ ਹਨੇਰਾ ਜਦੋਂ ਦੂਰ ਕਰ ਦਿੰਦੇ ਹੈ ਜਾਂ ਅਵਰਨ ਦਾ ਪਰਦਾ ਜਦੋਂ ਦੂਰ ਕਰ ਦਿੱਤਾ ਤਾਂ ਸਾਧ ਸੰਗ ਜੀ ਫਿਰ ਸਾਰਿਆਂ ਵਿੱਚ ਆਪਣਾ ਆਪਾ ਆਪਣਾ ਹੀ ਅਸਲੀ ਆਪਣਾ ਆਪਾ ਜੋ ਹੈ ਜੋ ਅਸਲੀ ਸਰੂਪ ਹੈ ਸਤ ਚਿੱਤ ਆਨੰਦ ਜਿਸ ਨੂੰ ਆਤਮ ਸਰੂਪ ਕਿਹਾ ਜਾਂਦਾ ਹੈ ਉਹ ਸਾਰਿਆਂ ਵਿੱਚ ਵੇਖ ਲੈਂਦਾ ਹੈ ਤੱਕ ਲੈਂਦਾ ਹੈ ਪਰ ਇਹ ਗੁਰੂ ਦੀ ਕਿਰਪਾ ਨਾਲ ਹੀ ਇਹ ਪਰਦਾ ਦੂਰ ਹੁੰਦਾ ਹੈ ਗੁਰੂ ਸਾਹਿਬ ਆਪ ਦਿਖਾਉਂਦੇ ਹਨ ਪ੍ਰਤੱਖ ਜਦੋਂ ਮਲ ਵਿਖੇਪ ਦੂਰ ਹੋ ਜਾਏ ਅਵਰਨ ਦਾ ਪਰਦਾ ਸਤਿਗੁਰੂ ਚੱਕਦੇ ਆ ਹੱਠ ਨਾ ਭਤੀਜਾ ਨਾ ਬਹੁ ਭੇਖਾ ਇਸ ਕਰਕੇ ਮਨ ਦੇ ਹੱਠ ਨਾਲ ਕਦੇ ਪਰਮੇਸ਼ਰ ਸਾਧ ਸੰਗਤ ਦੀ ਭਤੀਜ ਦਾ ਨਹੀਂ ਪ੍ਰਸੰਨ ਨਹੀਂ ਹੁੰਦਾ ਨਾ ਬਹੁਤੇ ਤਰ੍ਹਾਂ ਦੇ ਭੇਖ ਲਿਬਾਸ ਬਣਾਉਣ ਦੇ ਨਾਲ ਦੁਨੀਆਂ ਦੇ ਵਿੱਚ ਲਿਬਾਸ ਤਰ੍ਹਾਂ ਤਰ੍ਹਾਂ ਦੇ ਬਣਾਈ ਜਾਵੇ ਤੇ ਮਨ ਦਾ ਹੱਠ ਰੱਖੇ ਇਹਨਾਂ ਨਾਲ ਪਰਮੇਸ਼ਰ ਨਹੀਂ ਕਦੇ ਪਤੀਜਦਾ ਹੈ ਪ੍ਰਸੰਨ ਨਹੀਂ ਹੁੰਦਾ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਸਰੀਰ ਰੂਪ ਭਾਂਡਿਆਂ ਨੂੰ ਘੜ ਕੇ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਚੇਤਨ ਸੱਤਾ ਰੂਪ ਅੰਮ੍ਰਿਤ ਨੂੰ ਪਾਉਣਾ ਕੀਤਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਐਸੀ ਘਾੜਤ ਘੜ ਲਈ ਮਨ ਰੂਪ ਭਾਂਡੇ ਨੂੰ ਘੜ ਲਿਆ ਚੰਗੀ ਤਰ੍ਹਾਂ ਉਹਨਾਂ ਦੇ ਹਿਰਦੇ ਵਿੱਚ ਅੰਮ੍ਰਿਤ ਨਾਮ ਰੂਪ ਰਸ ਨੂੰ ਸਤਿਗੁਰੂ ਪਾ ਦਿੰਦੇ ਹਨ ਵਿਕਾਰਾਂ ਵੱਲੋਂ ਜਿਨ੍ਹਾਂ ਨੇ ਸਰੀਰ ਰੂਪ ਭਾਂਡਿਆਂ ਨੂੰ ਘੜ ਲਿਆ ਸਵਾਰ ਲਿਆ ਚੰਗੀ ਤਰ੍ਹਾਂ ਬਣਾ ਲਿਆ ਰਹਿਤ ਹੋ ਗਏ ਉਹਨਾਂ ਦੇ ਹਿਰਦੇ ਰੂਪ ਘਰ ਦੇ ਵਿੱਚ ਅੰਮ੍ਰਿਤ ਨਾਮ ਰੂਪ ਇਸ ਰਸ ਨੂੰ ਸਤਿਗੁਰਾਂ ਨੇ ਪਾ ਦਿੱਤਾ ਹੈ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪ੍ਰੇਮਾ ਭਗਤੀ ਦੁਆਰਾ ਹੀ ਜਿਹੜਾ ਮਨ ਹੈ ਉਹ ਪਰਮੇਸ਼ਰ ਦੇ ਉੱਤੇ ਪਤੀਜਦਾ ਹੈ ਜਾਂ ਇਉਂ ਕਹਿ ਲਓ ਪ੍ਰੇਮਾ ਭਗਤੀ ਜਦੋਂ ਪੂਰੀ ਹੋ ਗਈ ਤਾਂ ਪ੍ਰਭੂ ਉਹਨਾਂ ਉੱਤੇ ਪ੍ਰਸੰਨ ਹੋ ਕੇ ਉਹਨਾਂ ਦੇ ਹਿਰਦੇ ਵਿੱਚ ਪ੍ਰੇਮਾ ਭਗਤੀ ਦਾ ਰਸ ਪੈਦਾ ਕਰ ਦਿੰਦਾ ਹੈ ਇਉਂ ਪ੍ਰੇਮਾ ਭਗਤੀ ਨਾਲ ਹੀ
ਪ੍ਰਭੂ ਵਾਹਿਗੁਰੂ ਪਰਮੇਸ਼ਰ ਭਾਈ ਜਦੋਂ ਮਨ ਵਿੱਚ ਪ੍ਰੇਮਾ ਭਗਤੀ ਐਨ ਪੂਰਨ ਰੂਪ ਦੇ ਵਿੱਚ ਭਰ ਜਾਂਦੀ ਹੈ, ਫਿਰ ਪ੍ਰਭੂ ਵਾਹਿਗੁਰੂ ਪ੍ਰਸੰਨ ਹੋ ਜਾਂਦਾ ਹੈ। ਪੜ ਪੜ ਭੁੱਲੇ ਚੋਟਾ ਖਾਹੇ, ਬਹੁਤੇ ਗ੍ਰੰਥਾਂ ਨੂੰ ਬਹੁਤ ਵਿਦਿਆ ਪੜ੍ਹ ਪੜ੍ਹ ਕੇ ਲੋਕ ਧਰਮ ਦੇ ਵਿੱਚ ਭੁੱਲ ਕੇ ਅਖੀਰ ਜਮਾਂ ਦੀਆਂ ਚੋਟਾਂ ਖਾਂਦੇ ਹਨ। ਬਹੁਤ ਸਿਆਣਪ ਆਵਹਿ ਜਾਹੇ, ਬਹੁਤੀਆਂ ਸਿਆਣ ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਬਹੁਤੀਆਂ ਸਿਆਣਪਾਂ ਬਹੁਤੀਆਂ ਤਰਕਾਂ ਨਾਲ ਆਪਣਾ ਮਨ ਹੀ ਨਹੀਂ ਟਿਕਦਾ। ਤਰਕਵਾਦੀ ਆਪਣੀ ਗੱਲ ਦੇ ਉੱਤੇ ਨਹੀਂ ਕਦੇ ਖੜ ਸਕਦਾ, ਉਹ ਇੱਕ ਤਰਕ ਦੇ ਨਾਲ ਉਹਦੇ ਮਨ ਵਿੱਚ ਹਜ਼ਾਰਾਂ ਹੀ ਤਰਕਾਂ ਪੈਦਾ ਹੋ ਜਾਂਦੀਆਂ। ਇਸ ਕਰਕੇ ਬਹੁਤਾ ਪੜ੍ਹ ਪੜ੍ਹ ਕੇ ਜਦੋਂ ਤਰਕਵਾਦੀ ਬਣ ਗਿਆ ਤਾਂ ਮਹਾਰਾਜ ਕਹਿੰਦੇ ਉਹ ਭੁੱਲ ਗਿਆ ਆਪਣੇ ਸਰੂਪ ਤੋਂ ਪਰਮੇਸ਼ਰ ਵੱਲੋਂ, ਤੇ ਪਰਮੇਸ਼ਰ ਤੋਂ ਭੁੱਲਣ ਕਰਕੇ ਜਮਾਂ ਦੀਆਂ ਦੁੱਖਾਂ ਦੀਆਂ ਗਿਆਨ ਦੀਆਂ ਚੋਟਾਂ ਖਾਂਦਾ ਹੈ। ਔਰ ਬਹੁਤੀਆਂ ਸਿਆਣਪਾਂ ਕਰਨ ਦੇ ਨਾਲ ਬਹੁਤੀਆਂ ਤਰਕਾਂ ਕਰਨ ਦੇ ਨਾਲ ਜੀਵ ਦਾ ਜੰਮਣ ਮਰਨ ਤੇ ਆਉਣ ਜਾਣ ਦਾ ਗੇੜਾ ਬਣਿਆ ਰਹਿੰਦਾ ਹੈ। ਮਨ ਨੂੰ ਟਕਾ ਨਹੀਂ, ਭਰੋਸਾ ਨਹੀਂ, ਧੀਰਜ ਨਹੀਂ ਪ੍ਰਾਪਤ ਹੁੰਦਾ। ਨਾਮ ਜਪੈ ਭਉ ਭੋਜਨ ਖਾਏ, ਨਾਮ ਜਪਦੇ ਆ ਪਰਮੇਸ਼ਰ ਦੇ ਭਉ ਦਾ ਭੋਜਨ ਖਾਣਾ ਕਰਦੇ ਹਨ। ਗੁਰਮੁਖ ਸੇਵਕ ਰਹੇ ਸਮਾਏ, ਐਸਿਆਂ ਨੂੰ ਸੇਵਕ ਕਿਹਾ ਗਿਆ, ਐਸਿਆਂ ਨੂੰ ਗੁਰਮੁਖ ਕਿਹਾ ਗਿਆ, ਤੇ ਉਹ ਆਪਣੇ ਵਾਹਿਗੁਰੂ ਵਿੱਚ ਸਮਾਏ ਪਹਿਰ, ਜਿਨ੍ਹਾਂ ਨੇ ਨਾਮ ਦਾ ਤੇ ਭਉ ਦਾ ਪਰਮੇਸ਼ਰ ਦੇ ਡਰ ਦਾ ਭੈ ਬਿਨ ਭਗਤ ਨਾ ਹੋਏ ਤੇਰੀ। ਵਾਹਿਗੁਰੂ ਦਾ ਡਰ ਭੈ ਮੰਨਿਆ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਕਦੇ ਹੋ ਸਕਦੀ। ਇਉਂ ਪਰਮੇਸ਼ਰ ਦੇ ਭੈ ਦਾ ਭੋਜਨ ਤੇ ਨਾਮ ਨੂੰ ਜਪਿਆ ਜਿਨ੍ਹਾਂ ਨੇ, ਐਸੀ ਕਾਰ ਕੀਤੀ ਉਹ ਗੁਰਮੁਖ ਉਹ ਸੇਵਕ ਵਾਹਿਗੁਰੂ ਵਿੱਚ ਮਿਲੇ ਰਹਿੰਦੇ ਹਨ। ਸਿਲਾ ਤੀਰਥ ਮਨ ਵਾਸਾ, ਦੂਜੇ ਪਾਸੇ ਮੂਰਤੀਆਂ ਨੂੰ ਪੂਜੀ ਜਾਂਦਾ ਹੈ, ਸਿਲਾ ਦੀ ਪੂਜਾ ਕਰਦਾ ਹੈ, ਤੀਰਥਾਂ ਤੇ ਜਾਂਦਾ, ਬਾਣ ਪ੍ਰਸਤੀ ਹੋ ਕੇ ਬਣਾਂ ਦੇ ਵਿੱਚ ਜੰਗਲਾਂ ਦੇ ਵਿੱਚ ਰਹਿੰਦਾ ਹੈ। ਧਰਮਤ ਡੋਲਤ ਭਏ ਉਦਾਸਾ, ਉਹ ਭਾਈ ਉਦਾਸਾ ਉਪਰਾਮ ਹੋ ਕੇ ਧਰਮ ਦੇ ਵਿੱਚ ਪਿਆ ਹੋਇਆ ਡੋਲਦਾ ਰਹਿੰਦਾ ਹੈ। ਮਨ ਮੈਲਾ ਸੂਚਾ ਕਿਉਂ ਹੋਏ, ਉਹਨਾਂ ਦੇ ਮਨ ਦੀਆਂ ਮੈਲਾਂ ਨਹੀਂ ਦੂਰ ਹੁੰਦੀਆਂ, ਤੇ ਉਹਨਾਂ ਦਾ ਹਿਰਦਾ ਕਦੇ ਵੀ ਸੁੱਚਾ ਪਵਿੱਤਰ ਨਹੀਂ ਹੁੰਦਾ ਹੈ। ਸਾਚ ਮਿਲੈ ਪਾਵੈ ਪਤ ਸੋਏ, ਔਰ ਜਿਨ੍ਹਾਂ ਨੂੰ ਸੱਚੇ ਵਾਹਿਗੁਰੂ ਦਾ ਨਾਮ ਪ੍ਰਾਪਤ ਹੋ ਗਿਆ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਪਤ ਇੱਜ਼ਤ ਪ੍ਰਾਪਤ ਹੋਈ ਹੈ। ਆਚਾਰ ਵਿਚਾਰ ਸਰੀਰ, ਆਚਾਰ ਵਿਚਾਰ ਸਰੀਰ, ਆਚਾਰ ਆਚਰਨ ਕੀ ਕਰਨਾ, ਆਚਾਰ ਨਿਸ਼ਕਾਮ ਕਰਮਾਂ ਦਾ, ਵਿਚਾਰ ਵਾਹਿਗੁਰੂ ਦੇ ਸਰੂਪ ਦੀ ਇਸ ਸਰੀਰ ਦੇ ਵਿੱਚ ਕਰਦਿਆਂ ਹੋਇਆਂ। ਆਦਿ ਜੁਗਾਦਿ ਸਹਿਜ ਮਨ ਧੀਰ, ਸ੍ਰਿਸ਼ਟੀ ਦੇ ਆਦਿ ਤੋਂ ਪਹਿਲਾਂ ਵੀ ਜੁਗਾਂ ਦੇ ਵਿੱਚ ਵੀ ਜੋ ਵਾਹਿਗੁਰੂ ਪਰਮੇਸ਼ਰ ਹੈ, ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੇ ਨਿਸ਼ਕਾਮ ਸਾਧਨ ਕੀਤੇ ਹੈ ਔਰ ਉਸ ਵਾਹਿਗੁਰੂ ਦੇ ਸਰੂਪ ਦੀ ਵਿਚਾਰ ਕੀਤੀ ਹੈ, ਉਹਨਾਂ ਦੇ ਮਨ ਨੂੰ ਧੀਰਜ ਵੀ ਪ੍ਰਾਪਤ ਹੁੰਦਾ ਤੇ ਸਹਿਜ ਸ਼ਾਂਤੀ ਵੀ ਪ੍ਰਾਪਤ ਹੁੰਦੀ ਹੈ।
ਪਲ ਪੰਕਜ ਮਹਿ ਕੋਟ ਉਧਾਰੇ। ਸਾਧ ਸੰਗਤ ਦੀ ਇੱਕ ਪਲ ਵਿੱਚ ਹੀ ਪੰਕਜ ਨਾਮ ਹੁੰਦਾ ਕਵਲ ਦਾ, ਕਵਲ ਸਰੀਖੇ ਨੇਤਰਾਂ ਦੇ ਨਾਲ ਕਿਰਪਾ ਕਟਾਖ ਅਵਲੋਕਨ ਕਿਨੋ ਦਾਸ ਕਾ ਦੁੱਖ ਬਦਾਰਿਓ, ਕਰੋੜਾਂ ਦਾ ਉਧਾਰ ਕਰ ਦਿੱਤਾ। ਇਸੇ ਤਰ੍ਹਾਂ ਪੰਕਜ ਨਾਮ ਕਵਲ ਦਾ, ਚਰਨਾ ਕਮਲਾਂ ਦਾ ਜਿਨ੍ਹਾਂ ਨੇ ਭਾਈ ਆਸਰਾ ਲੈ ਲਿਆ, ਇੱਕ ਪਲ ਵਿੱਚ ਹੀ ਕਰੋੜਾਂ ਦਾ ਮੇਰੇ ਸਤਿਗੁਰੂ ਨੇ ਉਧਾਰ ਕਰ ਦਿੱਤਾ। ਪਲ ਵਿੱਚ ਹੀ ਅੰਮ੍ਰਿਤ ਸਰੀਖੇ ਨੇਤਰਾਂ ਦੀ ਦ੍ਰਿਸ਼ਟੀ ਪਾ ਕੇ ਮਹਾਰਾਜ ਕਰੋੜਾਂ ਦਾ ਉਧਾਰ ਕਰ ਦਿੰਦੇ ਹਨ, ਮੁਕਤ ਕਰ ਦਿੰਦੇ ਹਨ। ਕਰ ਕਿਰਪਾ ਗੁਰ ਮੇਲ ਪਿਆਰੇ। ਅਰਦਾਸ ਕਰੀਏ ਹੇ ਮਹਾਰਾਜ ਸਤਿਗੁਰੂ ਦੀ ਕਿਰਪਾ ਕਰੋ, ਐਸੇ ਪਿਆਰਿਆਂ ਦਾ ਸਾਨੂੰ ਹਮੇਸ਼ਾ ਵਾਸਤੇ ਮੇਲ ਬਣਿਆ ਰਹੇ, ਜਿਹੜੇ ਤੁਹਾਡੇ ਵਿੱਚ ਮਿਲ ਕੇ ਤੁਹਾਡਾ ਰੂਪ ਬਣ ਗਏ ਜਾਂ ਸੰਸਾਰ ਭੌਡਲ ਤੋਂ ਉਧਰ ਗਏ ਹਨ। ਜਿਸ ਆਗਾ ਪ੍ਰਭ ਤੁਧ ਸਾਲਾਹੀ। ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ, ਤੇਰੀ ਮਹਿਮਾ ਕਿਸ ਆਗੈ, ਅੱਗੇ ਕਿਹੜੀ ਸਿਫਤ ਰੱਖ ਕੇ, ਕਿਹਦੀ ਤੁਲਨਾ ਕਰਕੇ ਤੇਰੀ ਸਿਫਤ ਕਰੀਏ, ਤੇਰੀ ਮਹਿਮਾ ਕੀਰਤੀ ਕਰੀਏ, ਭਾਵ ਤੇਰੇ ਤੁਲ ਤੇਰੇ ਸਦਰਸ਼ ਕੋਈ ਹੈ ਹੀ ਨਹੀਂ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ, ਤੇਰੇ ਵਰਗਾ ਹੋਰ ਕੋਈ ਨਹੀਂ, ਤੇਰੀ ਬਰਾਬਰਤਾ ਹੋਰ ਕੋਈ ਨਹੀਂ ਕਰ ਸਕਦਾ। ਇਸ ਕਰਕੇ ਹੇ ਵਾਹਿਗੁਰੂ ਤੇਰੇ ਸਦਰਸ਼ ਹੋਰ ਕੋਈ ਨਹੀਂ ਹੈ, ਹੇ ਪ੍ਰਭੂ ਇਸ ਕਰਕੇ ਅਸੀਂ ਤਾਂ ਤੇਰੀ ਅੱਠੇ ਪਹਿਰ ਸਿਫਤ ਸਲਾਹੀ ਕਰਦੇ ਹਾਂ। ਦੂਜਾ ਮੈਂ ਕੋ ਨਾਹੀ, ਤੈਨੂੰ ਬਿਨਾ ਹੋਰ ਦੂਸਰਾ ਮੇਰਾ ਕੋਈ ਆਸਰਾ ਨਹੀਂ ਹੈ, ਕਿਸੇ ਹੀ ਕੋਈ ਕੋਏ ਮੰਝ ਨਮਾਣੀ ਇੱਕ ਤੂੰ, ਕਿਸੇ ਦਾ ਕੋਈ ਆਸਰਾ ਕਿਸੇ ਦਾ ਕੋਈ ਆਸਰਾ, ਪਰ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾਂ ਸਾਡਾ ਹੋਰ ਕੋਈ ਦੂਸਰਾ ਆਸਰਾ ਨਹੀਂ ਹੈ। ਜੋ ਤੁਧ ਭਾਵੈ ਤੋ ਰਾਖ ਰਜਾਏ। ਜਿਵੇਂ ਵਾਹਿਗੁਰੂ ਤੈਨੂੰ ਭਾਵੈ ਪ੍ਰਵਾਨ ਹੋ ਜਾਈਏ, ਜਿਵੇਂ ਤੈਨੂੰ ਚੰਗੇ ਲੱਗ ਸਕੀਏ, ਉਵੇਂ ਆਪਣੀ ਰਜਾ ਵਿੱਚ ਸਾਨੂੰ ਰੱਖਣਾ ਕਰ, ਜਿਵੇਂ ਤੇਰੀ ਰਜਾ ਉਵੇਂ ਸਾਨੂੰ ਰੱਖ, ਤੇ ਜਿਸ ਕਰਕੇ ਤੇਰੇ ਦਰ ਤੇ ਪ੍ਰਵਾਨ ਹੋ ਜਾਈਏ, ਸੱਚੇ ਪਾਤਸ਼ਾਹ ਤੈਨੂੰ ਭਾ ਜਾਈਏ, ਇਹ ਕਿਰਪਾ ਕਰੋ। ਨਾਨਕ ਸਹਿਜ ਭਾਏ ਗੁਣ ਗਾਏ। ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਆ, ਭਾਈ ਸਹਿਜ ਭਾਏ, ਸ਼ਾਂਤੀ ਦੇ ਸਹਿਤ ਹੋ ਕਰਕੇ, ਭਾਏ ਭਾਵਨਾ ਦੇ ਸਹਿਤ, ਪ੍ਰੇਮਾ ਭਗਤੀ ਦੇ ਵਿੱਚ ਭਿੱਜ ਕੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਅੱਠੇ ਪਹਿਰ ਗਾਈਏ, ਜਿਹੜਾ ਐਸੀ ਮਹਾਨ ਬਖਸ਼ਿਸ਼ ਸਾਡੇ ਉੱਤੇ ਹਮੇਸ਼ਾ ਕਰਨ ਵਾਲਾ ਹੈ, ਸਾਡੇ ਜੰਮਣ ਮਰਨ ਨੂੰ ਕੱਟਣ ਵਾਲਾ ਹੈ, ਔਰ ਸਾਡੇ ਭਰਮ ਨੂੰ ਅਗਿਆਨ ਨੂੰ ਦੂਰ ਕਰਕੇ ਸਾਨੂੰ 84 ਦੇ ਗੇੜੇ ਵਿੱਚ ਡੋਲਦਿਆਂ ਨੂੰ ਉਧਾਰ ਕਰਨ ਵਾਲਾ ਹੈ, ਸਾਡੇ ਮਨ ਨੂੰ ਸ਼ੁੱਧ ਕਰਨ ਵਾਲਾ ਹੈ, ਪਵਿੱਤਰ ਕਰਨ ਵਾਲਾ ਹੈ। ਇਸ ਕਰਕੇ ਐਸੇ ਵਾਹਿਗੁਰੂ ਦੇ ਗੁਣਾਂ ਨੂੰ ਸ਼ਾਂਤੀ ਸੁਭਾਅ ਧਾਰਨ ਕਰਕੇ ਅੱਠੇ ਪਹਿਰ ਗਾਉਣਾ ਕਰੀਏ। ਇਹ ਅਰਦਾਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਰਨੀ ਹੈ। ਸਾਧ ਸੰਗਤ ਜੀ, ਕਥਾ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ, ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ,
ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ। ਆਓ ਸੰਗਤ ਜੀ, 550 ਸਾਲਾ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਸਾਰਾ ਪੰਥ ਇਸੇ ਸਾਲ ਬੜੀ ਸ਼ਰਧਾ ਨਾਲ ਮਨਾਉਣ ਜਾ ਰਿਹਾ ਹੈ। ਆਪਾਂ ਸਾਰੇ ਤਨ ਮਨ ਧਨ ਕਰਕੇ ਆਪਣਾ ਯੋਗਦਾਨ ਇਹਨਾਂ ਸੇਵਾਵਾਂ ਵਿੱਚ ਪਾਈਏ ਔਰ ਚੜ੍ਹਦੀ ਕਲਾ ਸਹਿਤ ਆਪਣੇ ਸਤਿਗੁਰਾਂ ਦੇ ਗੁਰਪੁਰਬ ਮਨਾਈਏ। ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਨਾਨਕ ਸਹਿਜ ਭਾਏ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।